ਸਾ ਸੁਧਾਰੀ ਸਤ ਨਾਮ ਸਿਰਿ ਵਾਹੇ ਗੁਰੂ ਜੀ ਚਾਉ ਪਏ ਕਿਤਕ ਕਾਲ ਜਵ ਬੈਸ ਬਿਤਾਇਓ ਮਰਦਾਨੇ ਸੁ ਬਚਨ ਅਲਾਇਓ ਹੇ ਮਟਕਾ ਪਰਮਹਲੇ ਜਾਵਹੁ ਸਾਜ ਝੋਠ ਮੁੱਲ ਤਹ ਤੇ ਲਿਆਵਹੁ ਕਿਤਕ ਕਾਲ ਜਵ ਬੈ ਸਬਿਤਾਯੋ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਪਰਮ ਸਤਿਗੁਰ ਜੋ ਗੁਰੂ ਸਭ ਰੋ ਗੁਰੂ ਸਵਾਰੇ ਗੁਰੂ ਪਿਆਰੇ ਸਤਿਗੁਰਾਂ ਦੇ ਸਾਜੇ ਨਵਾਜੇ ਗੁਰੂ ਖਾਲਸਾ ਸਾਧ ਸੰਗਤ ਮਾਈ ਭਾਈ ਜੀ ਤਨਹਨ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇਨ ਦੁਨੀਆਂ ਦੇ ਮਾਲਕ ਲੋਕ ਅਤੇ ਪਰਲੋਕ ਦੇ ਵਿੱਚ ਸਾਡੀ ਪਾਤ ਰੱਖਣ ਵਾਲੇ ਸ੍ਰਿਸ਼ਟੀ ਦੇ ਮਾਲਕ ਧੰਨ ਗਲਗੀਦਰ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਕਿਤਨੇ ਹੀ ਪਰਵਕਾਰ ਹੈ ਗਿਣੇ ਹੀ ਨਹੀਂ ਜਾ ਸਕਦੇ ਕਹੇ ਨਹੀਂ ਜਾ ਸਕਦੇ ਬੇਅੰਤੋਂ ਬੇਅੰਤ ਹਨ ਐਸੇ ਸਤਿਗੁਰੂ ਗਰੀਬਨਵਾਜ਼ ਪਾਤਸ਼ਾਹ ਮਹਾਰਾਜ ਦੀ ਬਹੁਤ ਵੱਡੀ ਭਾਰੀ ਕਿਰਪਾ ਹੋ ਰਹੀ ਹੈ ਜਿਸ ਦਾ ਸਦਕਾ ਖਯੂਰ ਦੇ ਪਾਵਨ ਪਵਿੱਤਰ ਚਰਨ ਪਰਸਣ ਦਾ ਦਰਸ਼ਨ ਕਰਨ ਦਾ ਸੁਭਾਗ ਸਮਾਪ੍ਰਾਪਤ ਹੋ ਰਿਹਾ ਹੈ ਇਹ ਬੜੀਆਂ ਭਾਗਾਂ ਦੀ ਨਿਸ਼ਾਨੀ ਹੈ ਸੰਗਤ ਜੀ ਸਾਧਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਹਨ ਦਇਆ ਕਰਦੇ ਹੈ ਤਾਂ ਐਸੇ ਸੁਹਾਵਣੇ ਸਮੇਂ ਪ੍ਰਾਪਤ ਹੁੰਦੇ ਆ ਦਰਸ਼ਨ ਕੋ ਲੋਚੇ ਸਭ ਕੋਈ ਪੂਰੇ ਭਾਗ ਪ੍ਰਾਪਤ ਹੋਏ ਬੜੇ ਗੁਰਸੇਖ ਹਨ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਨੀਂਦ ਲਾ ਕੇ ਤਨ ਕਲਗੀ ਤਰਪਾਤਸ਼ਾ ਮਹਾਰਾਜ ਨੂੰ ਤੱਕਦੇ ਰਹਿੰਦੇ ਯਾਦ ਕਰਦੇ ਰਹਿੰਦੇ ਆ ਅਰਦਾਸਾਂ ਕਰਦੇ ਰਹਿੰਦੇ ਆ ਕਦਮ ਮਹਾਰਾਜ ਤਰੁੱਠੋ ਮਿਹਰ ਕਰੋ ਤਾਂ ਤੁਹਾਡੇ ਦਰਸ਼ਨ ਕਰ ਸਕੀਏ ਪਰ ਕਰਮ ਥੋੜੇ ਕਮੀ ਹੋਣ ਕਰਕੇ ਭਾਗ ਬਣਦੇ ਨਹੀਂ ਹਨ ਇਸ ਕਾਰਨ ਕਰਕੇ ਮਨ ਕਰਕੇ ਤੇ ਗੁਰਸਿੱਖ ਦੀਆਂ ਹਾਜ਼ਰੀਆਂ ਹਮੇਸ਼ਾ ਵਾਸਤੇ ਸਤਿਗੁਰਾਂ ਦੇ ਚਰਨਾਂ ਵਿੱਚ ਲੱਗਦੀਆਂ ਰਹਿੰਦੀਆਂ ਪਰ ਸਰੀਰ ਕਰਕੇ ਹਾਜ਼ਰੀ ਉਦੋਂ ਹੀ ਲੱਗਦੀ ਹੈ ਜਦੋਂ ਭਾਗ ਬਣਦੇ ਹੈ ਸ਼ੁਭ ਕਰਮਾਂ ਦੇ ਅਨੁਸਾਰ ਸਵਾਗਤ ਸਾਰੀਆਂ ਸੰਗਤਾਂ ਵਡਭਾਗੇ ਹਾਂ ਭਾਗਾਂ ਵਾਲਿਓ ਜੋ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਬੈਠਣ ਦਾ ਸਤਿਗੁਰਾਂ ਦੇ ਸੋਹਣੇ ਦਰਸ਼ਨ ਕਰਨ ਦਾ ਐਸਾਏ ਅਸਥਾਨ ਹੈ ਸੰਗਤ ਜੀ ਜੁਗਾ ਜੁਗਾ ਦੇ ਸਮੇਂ ਤੇ ਸੱਚੇ ਪਾਤਸ਼ਾਹ ਨੇ ਇਸ ਅਸਥਾਨ ਤੇ ਤਪ ਤਪੱਸਿਆ ਕੀਤੀ ਹੈ ਕਿੰਨੀਆਂ ਰੂਹਾਂ ਆਏ ਸੇ ਗੋਪਤ ਰੂਪ ਦੇ ਵਿੱਚ ਪ੍ਰਗਟ ਰੂਪ ਦੇ ਵਿੱਚ ਰਹਿੰਦੀਆਂ ਐ ਜੋ ਇਸ ਅਸਥਾਨ ਤੇ ਸੇਵਾ ਸੰਭਾਲ ਪਹਿਰੇ ਤੇ ਲਗੀਆਂ ਹੋਈਆਂ ਹਨ ਉਹਨਾਂ ਰੂਹਾਂ ਦੇ ਹਮੇਸ਼ਾ ਵਾਸਤੇ ਪਹਿਰੇ ਲੱਗੇ ਰਹਿੰਦੇ ਐ ਜਿਸ ਕਾਰਨ ਕਰਕੇ ਇਸ ਅਸਥਾਨ ਦੀ ਮਹਾਨਤਾ ਏਡੀ ਵੱਡੀ ਭਾਰੀ ਐ ਜੋ ਕਈ ਨਹੀਂ ਜਾ ਸਕਦੀ ਇਸ ਵਾਸਤੇ ਜਿਨ੍ਹਾਂ ਦੇ ਭਾਗ ਹੀ ਭਲੇ ਹੁੰਦੇ ਐ ਉਹਨਾਂ ਨੂੰ ਇੱਥੋਂ ਦੀ ਧਰਤੀ ਦੇ ਮੱਥੇ ਤੇ ਲਾਉਣ ਦਾ ਨਸੀਬ ਪ੍ਰਾਪਤ ਹੁੰਦਾ ਹੈ ਸੋ ਆਪ ਸਾਰੇ ਬੜਾ ਭਾਗੇ ਹੋ ਰਹੇ ਹੋ ਨਿਤਨੇਮ ਅਨੁਸਾਰ ਸਤਿਗੁਰਾਂ ਦੇ ਸਾਜੇ ਨਵਾਜੇ ਸਿੰਘ ਸਾਹਿਬ ਜੀ ਨੇ ਸਤਿਗੁਰਾਂ ਨੂੰ ਦੇਗਾਂ ਦੇ ਭੋਗ ਲਵਾਏ ਹਨ ਉਪਰੰਤ ਪਿਛਲੇ ਪੈਹਰ ਦੇ ਦੀਵਾਨਾ ਵਿੱਚ ਜੋ ਗੁਰ ਇਤਿਹਾਸ ਦੀ ਕਥਾ ਵਿਚਾਰ ਗੁਰੂ ਕੀ ਸੰਗਤ ਨੂੰ ਸਰਵਣ ਕਰਵਾਈ ਜਾਂਦੀ ਹੈ ਉਸ ਦੀ ਅਰੰਮਤਾ ਹੋ ਰਹੀ ਹੈ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇਨ ਦੁਨੀਆਂ ਦੇ ਮਾਲਕ ਦੀ ਕਥਾ ਸਾਜ ਸੰਗਤ ਜੀ ਚੱਲ ਰਹੀ ਹੈ ਸੋ ਗਰੀਬਨਵਾਜ਼ ਪਾਤਸ਼ਾਹ ਮਹਾਰਾਜ ਦਾ ਨਾਮ ਹੀ ਐਸਾ ਮਹਾਨ ਹੈ ਜਿਸ ਦਾ ਨਾਮ ਲੈਣ ਦੇ ਨਾਲ ਹੀ ਇਹ ਜੀਵ ਬੰਧਨ ਮੁਕਤ ਹੋ ਜਾਂਦੇ ਆ ਜੁਨਾਂ ਤੋਂ ਮੁਕਤ ਹੋ ਜਾਂਦੇ ਆ ਨਾਮ ਸਤਿਗੁਰਾਂ ਦਾ ਲੈਣ ਦੇ ਨਾਲ ਨਾਮ ਲਈਏ ਸਤਿਗੁਰੂ ਸਾਚੇ ਕਾ ਚਾਰ ਪਦਾਰਥ ਮਿਲੈ ਅਚਾਨਕ ਅਚਨ ਚੇਤੇ ਝਟਪੜ ਚਾਰ ਪਦਾਰਥਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਧੰਗੁਰੂ ਨਾਨਕ ਪਾਤਸ਼ਾਹ ਦਾ ਨਾਮ ਲੈਣ ਨਾਲ ਐਸੇ ਗਰੀਬ ਨਵਾਈ ਸਾਹਿਬ ਜੀ ਦਾ ਪ੍ਰਸੰਗ ਇਤਿਹਾਸ ਕਥਾ ਸੰਗਤ ਜੀ ਚੱਲ ਰਹੀ ਹੈ ਕੱਲ ਆਪ ਸੰਗਤਾਂ ਨੇ ਸਰਵਣ ਕੀਤਾ ਸੀਗਾ ਨਰੀਮਨਵਾਜ ਪਾਤਸ਼ਾਹ ਮਹਾਰਾਜ ਰਾਵੀ ਦਰਿਆ ਦੇ ਕਿਨਾਰੇ ਤੇ ਆਸਣ ਲਾਇਆ ਹੈ ਲਾਹੌਰ ਦੇ ਹੰਕਾਰੀ ਸ਼ਾਹੂਕਾਰ ਨੇ ਗੁਰਾਂ ਦੇ ਉੱਤੇ ਬਾਧਾ ਕੀਤਾ ਹੱਲਾ ਕੀਤਾ ਕੀਤੇ ਦਾ ਫਲ ਭੋਗਿਆ ਜੋ ਜੋ ਤੇਰੇ ਭਗਤਿ ਖਾਇਓ ਤਤਕਾਲ ਤੁਮ ਮਾਰਾ ਤੇ ਰੱਬ ਨੂੰ ਦਿਖਾਉਣ ਦਾ ਨਤੀਜਾ ਜੋ ਸੀ ਉਹ ਨੂੰ ਪ੍ਰਾਪਤ ਹੋ ਗਿਆ ਅੰਨਾ ਹੋ ਗਿਆ ਕਗਿਆ ਕੇ ਸੱਚੇ ਬਾਦਸ਼ਾਹ ਦੇ ਚਰਨਾਂ ਤੇ ਡਿੱਗਾ ਮਿੰਤਾਆਂ ਕੀਤੀਆਂ ਫੇਰ ਨਗਰੀ ਬਸਾਉਣ ਵਾਸਤੇ ਬੇਨਤੀ ਕੀਤੀ ਸੱਚੇ ਬਾਦਸ਼ਾਹ ਦੀਨ ਦਿਆਲ ਸਤਗੁਰੂ ਜੀ ਹਨ ਗਰੀਬਾਂ ਅਨਾਥਾਂ ਤੇ ਵੱਡੀ ਭਾਰੀ ਦਇਆ ਕਰਦੇ ਹੈ ਤੇ ਦਇਆ ਕੀਤੀ ਸਾਹੂਕਾਰ ਤੇ ਵੀ ਹੁਕਮ ਹੋਇਆ ਚੰਗਾ ਭਾਈ ਜੇ ਸਤ ਸੰਗ ਵਾਸਤੇ ਤੂੰ ਅਸਥਾਨ ਬਣਾਉਣਾ ਚਾਹੁੰਦਾ ਹੈ ਤੇਰੀ ਮਰਜ਼ੀ ਚਟ ਲਾਹੌਰ ਤੋਂ ਕਾਰੀਗਰ ਲਿਆ ਕੇ ਨਗਰ ਬਸਾਇਆ ਗਿਆ ਜ਼ਮੀਨ ਅਰਪਣ ਸਤਗੁਰਾਂ ਨੂੰ ਕੀਤੀ ਗਈ ਕਰਦੇਪੁਰ ਖ ਵਾਹਿਗੁਰੂ ਦੇ ਨਾਮ ਤੇ ਨਗਰ ਦਾ ਨਾਮ ਕਰਤਾਰਪੁਰ ਸਾਹਿਬ ਰੱਖਿਆ ਗਿਆ ਅੱਜ ਵੀ ਸਾਧ ਸੰਗਤ ਜੀ ਉਹ ਨਗਰ ਜਿਵੇਂ ਵਸਦਾ ਹੈ ਕਰਤਾਰਪੁਰ ਸਾਹਿਬ ਸਤਿਗੁਰਾਂ ਦੀ ਯਾਦ ਸੋਹਣਾ ਦਰਬਾਰ ਸਾਹਿਬ ਬਣਿਆ ਹੋਇਆ ਹੈ ਪਰ ਸਿੱਖ ਕੌਮ ਦੀ ਬਾਦ ਕਿਸਮ ਦੀ ਮੈਂ ਕਹਿ ਸਕਦਾ ਹਾਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਗਰੀਬ ਨਿਵਾਜ ਪੰਜਵੇਂ ਸਤਿਗੁਰ ਆਦਕ ਦੇ ਬੇਅੰਤ ਹੀ ਇਤਿਹਾਸਕ ਸਥਾਨ ਜਿਹੜੇ ਸੀਗੇ ਉਹ ਪਾਕਿਸਤਾਨ ਦੇ ਵਿੱਚ ਰਹਿ ਗਏ। ਇਹ ਕਰਤਾਰਪੁਰ ਸਾਹਿਬ ਵੀ ਸਾਧ ਸੰਗਤ ਜੀ ਡੇਰੇ ਬਾਬੇ ਨਾਨਕ ਸਾਹਿਬ ਜੀ ਤੋਂ ਲੈੰਦੇ ਵਾਲੇ ਪਾਸੇ ਰਾਵੀ ਦਰਿਆ ਦੇ ਦੂਸਰੇ ਪਾਸੇ ਦਰਸ਼ਨ ਹੁੰਦੇ ਆ ਦਰਬਾਰ ਸਾਹਿਬ ਜੀ ਦੇ ਵੀ ਤੇ ਉਸ ਨਗਰ ਦੇ ਵੀ ਬਹੁਤ ਸੰਗਤਾਂ ਬਹਿਬਲ ਹੁੰਦੀਆਂ ਵਿਚਾਰੀਆਂ ਬੰਨ ਤੇ ਚੜ ਕੇ ਦੇਖਦੀਆਂ ਗੁਰਾਂ ਦੇ ਉਸ ਅਸਥਾਨ ਨੂੰ ਜੀਦੇ ਪਰਥਾਏ ਪੰਜਵੇਂ ਗੁਰਾ ਨੇ ਗੁਰਬਾਣੀ ਦੇ ਵਿੱਚ ਇਹ ਬਾਚਨ ਦਰਜ ਕਰ ਦਿੱਤੇ ਸਾਨੰਕਰਤਾਰਪੁਰ ਕਰਤਾ ਵਸੇ ਸੰਤਨ ਕੇ ਪਾਸ ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਨਗਰੀ ਬਸਾਈ ਉਥੇ ਹੀ ਸਿੱਖ ਕੌਮ ਦੇ ਮਾਤਾ ਜੀ ਮਾਤਾ ਸਲਖਣੀ ਜੀ ਨੂੰ ਬੁਲਾ ਲਿਆ ਆਪਣੇ ਦੋਵੇਂ ਸਤਿਗੁਰਾਂ ਨੇ ਸਹਿਬਜ਼ਾਦਿਆਂ ਨੂੰ ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲਖਮੀਦਾਸ ਜੀ ਨੂੰ ਬੁਲਾ ਲਿਆ ਸਾਤ ਸੰਗ ਹੋਣ ਲੱਗਾ ਖੇਤੀ ਮਹਾਰਾਜ ਕਰਨ ਲੱਗੇ ਜੋ ਖੇਤੀ ਕਰਦੇ ਉਹ ਵੇਚਦੇ ਨਹੀਂ ਹਨ ਉਹ ਸਾਰੀ ਲੰਗਰ ਤਿਆਰ ਕਰਕੇ 24 ਘੰਟੇ ਰਾਹੀਆਂ ਨੂੰ ਅਤਿਥੀਆਂ ਨੂੰ ਗਰੀਬਾਂ ਨੂੰ ਵਰਤਾਉਂਦੇ ਰਹਿੰਦੇ ਸੱਚੇ ਬਾਦਸ਼ਾਹ ਮਹਾਰਾਜ ਜਿਸ ਤਰ੍ਹਾਂ ਗੁਰੂ ਕੀ ਦੇਗ ਚੱਲਦੀ ਹੈ ਲੰਗਰ ਚੱਲਦਾ ਹੈ ਇਸੇ ਤਰ੍ਹਾਂ ਗੁਰਬਾਣੀ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ ਰਹਿੰਦਾ ਹੈ ਕਦੀ ਕੀਰਤਨ ਹੁੰਦਾ ਹੈ ਕਦੀ ਗੁਰਬਾਣੀ ਪੜ੍ਹੀ ਜਾਂਦੀ ਹੈ ਕਦੀ ਗੁਰਬਾਣੀ ਦੀ ਕਥਾ ਵਿਚਾਰ ਸੰਗਤ ਨੂੰ ਸਰਵਣ ਕਰਵਾਈ ਜਾਂਦੀ ਹੈ ਅਜੇ ਦੀਨदयाल ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸੰਗਤ ਨੂੰ ਕਹਿਣ ਲੱਗੇ ਸੰਗਤ ਜੀ ਤੁਸੀਂ ਨਗਰ ਵਿੱਚ ਰਹੋ ਸਾਨੂੰ ਕੋ ਥੋੜਾ ਕੰਮ ਹੈ ਅਸੀਂ ਪੱਛਮ ਦੀ ਯਾਤਰਾ ਕਰਕੇ ਆਉਣਾ ਹੈ ਬਾਅਦ ਵਿੱਚ ਆਵਾਂਗੇ ਸੱਚੇ ਬਾਦਸ਼ਾਹ ਮਹਾਰਾਜ ਤਿਆਰ ਹੋਏ ਐ ਤੇ ਇਸ ਤਰ੍ਹਾਂ ਸਾਧ ਸੰਗਤ ਜੀ ਗਰੀਬਨਵਾਜ਼ ਬਾਦਸ਼ਾਹ ਮਹਾਰਾਜ ਚੱਲਦੇ ਚੱਲਦੇ ਸੋ ਸਿਆਲ ਕੋਟ ਸ਼ਹਿਰ ਦੇ ਬਾਹਰ ਜਾ ਕੇ ਆਸਣ ਲਾ ਦਿੱਤਾ ਹੈ ਨਾਲ ਬਾਬਾ ਮਰਦਾਨਾ ਸਾਹਿਬ ਜੀ ਹਨ ਬਾਬਾ ਬਾਲਾ ਜੀ ਹਨ ਆਪ ਸੱਚੇ ਬਾਦਸ਼ਾਹ ਮਹਾਰਾਜ ਜੀ ਹਨ ਇੱਥੋਂ ਅੱਗੇ ਅਰੰਭਤਾ ਹੋ ਰਹੀ ਹੈ ਮਾਨਵਰਤਿਆਂ ਨੂੰ ਇਕਾਗਰ ਕਰਕੇ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਮਹਾਰਾਜ ਜਿਨ੍ਹਾਂ ਦੇ ਤਾਰਿਆਂ ਦਾ ਅੰਤ ਨਹੀਂ ਆਉਂਦਾ ਕਿੰਨੇ ਜੀਵਾਂ ਨੂੰ ਤਾਰਿਆ ਹੈ ਇਸੇ ਹੀ ਗ੍ਰੰਥ ਦੇ ਕਰਤਾ ਭਾਈ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਕਹਿੰਦੇ ਤਾਰੇ ਘੜੇ ਜਾ ਤੇਰੇ ਤਾਰੇ ਨਾ ਗਿਣਾਤ ਹੈ ਸਾਇੰਸ ਦਾ ਯੁੱਗ ਹੈ ਬਹੁਤ ਮਨੁੱਖਾਂ ਦੀ ਨਿਗਾਹ ਤੇਜ ਆ ਦਿਨ ਨੂੰ ਵੀ ਕਈ ਤਾਰੇ ਦੇਖ ਲੈਂਦੇ ਤੇ ਰਾਤ ਨੂੰ ਤਾਰੇ ਗਿਣ ਵੀ ਸਕਦੇ ਵੀ ਆਕਾਸ਼ ਵਿੱਚ ਕਿੰਨੇ ਤਾਰੇ ਚੜ੍ਹੇ ਆ ਪਰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੂੰ ਤੁਸੀਂ ਤਾਰਿਆ ਹੈ ਡੁੱਬਦਿਆਂ ਹੋਿਆਂ ਨੂੰ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਕਿਸ ਹਿਸਾਬ ਨਾਲ ਸਤਿਗੁਰੂ ਜੀ ਤਾਰਦੇ ਅੱਜ ਵੀ ਜੋ ਗੁਰੂ ਕੀ ਸੰਗਤ ਤਾਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਇਹਨਾਂ ਚੋਜਾਂ ਨੂੰ ਇਹਨਾਂ ਕੌਦਕਾਂ ਨੂੰ ਇਸ ਇਤਿਹਾਸ ਨੂੰ ਸਰਵਣ ਕਰਦੇ ਕਈਆਂ ਦੇ ਮਨ ਜਿਹੜੇ ਐ ਉਹ ਬਦਲ ਜਾਂਦੇ ਐ ਉਹ ਵਿਸ਼ਿਆ ਬਿਕਾਰਾ ਨਾਲੋਂ ਟੁੱਟ ਕੇ ਗੁਰੂ ਨਾਨਕ ਸਾਹਿਬ ਦੇ ਨਾਲ ਜੁੜ ਜਾਂਦੇ ਐ ਜੀ ਦਾ ਨਾਮ ਗੁਰੂ ਨਾਨਕ ਪਾਤਸ਼ਾਹ ਨਾਲ ਜੁੜ ਜਾਂਦਾ ਹੈ ਉਹ ਡੋਬੀ ਨਹੀਂ ਸਕਦਾ ਦੁਨੀਆ ਦੀ ਕੋਈ ਤਾਕਤ ਉਹਨੂੰ ਡਬੋ ਨਹੀਂ ਸਕਦੀ ਨਾ ਤਾਂ ਵਿਸ਼ੇ ਵਕਾਰ ਰੂਪ ਖੱਡਿਆਂ ਦੇ ਵਿੱਚ ਨਾ ਜੁਨਾ ਦੇ ਵਿੱਚ ਇਸ ਵਾਸਤੇ ਸਦੀਵ ਕਾਲ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਜੀਵਾਂ ਨੂੰ ਤਾਰਨ ਹਾਰਾ ਹੈ ਐਸੇ ਸੱਚੇ ਪਾਤਸ਼ਾਹ ਮਹਾਰਾਜ ਕੈਸੀ ਕੈਸੀ ਕਿਰਪਾ ਕਰ ਰਹੇ ਹੈ ਸਿਆਲਕੋਟ ਜਾ ਕੇ ਆਸਣ ਲਾ ਲਿਆ ਹੈ ਇਥੋਂ ਅੱਗੇ ਇਤਿਹਾਸ ਆਰੰਭ ਹੋ ਰਿਹਾ ਹੈ ਮਨਵਿਰਤੀਆਂ ਨੂੰ ਇਕਾਗਰ ਕਰਕੇ ਗਰੀਬ ਨਿਵਾਜ ਸਹਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਸਰਵਣ ਕਰੀਏ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਚਾਉ ਪਏ ਕਿਤਗ ਕਾਲ ਜਵ ਬੈਸ ਬਿਤਾਇਓ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਸਿਆਲਕੋੜ ਸ਼ਹਿਰ ਤੋਂ ਬਾਹਰ ਬੈਠਿਆਂ ਨੂੰ ਜਦ ਕੋਸ਼ ਸ਼ਮਾਂ ਬਤੀਤ ਹੋਇਆ ਮਰਦਾਨੇ ਸੋ ਬਚਨ ਅਲਾਇਓ ਤਾਂ ਗਰੀਬਨ ਵਾਜ ਸੱਚੇ ਬਾਦਸ਼ਾਹ ਮਹਾਰਾਜ ਭਾਈ ਮਰਦਾਨਾ ਸਾਹਿਬ ਜੀ ਨੂੰ ਕਹਿਣ ਲੱਗੇ ਏ ਮਟਕਾ ਫੁਰ ਮਹ ਲੈ ਜਾਵਹੁ ਭਾਈ ਮਰਦਾਨਿਆ ਆ ਸਾਡੇ ਪਾਸ ਨਾ ਸੋਨੇ ਦਾ ਟਕਾ ਹੈ ਇਹ ਤੂੰ ਲੈ ਲੈ ਤੇ ਸ਼ਹਿਰ ਦੇ ਵਿੱਚ ਜਾ ਇਹ ਟਕਾ ਸੋਨੇ ਦਾ ਲੈ ਕੇ ਸਾਜ ਝੋਠ ਮੋਲ ਤਹ ਤੇ ਲਿਆਵਹੁ ਅਤਨਾ ਸੋਨੇ ਦੇ ਟਕੇ ਦਾ ਸੌਦਾ ਖਰੀਦ ਕੇ ਲਿਆ ਸੌਦਾ ਕੀ ਖਰੀਦਣਾ ਹੈ ਸੱਚ ਅਤੇ ਝੂਠ ਇਹ ਸੌਦਾ ਤੂੰ ਖਰੀਦ ਕੇ ਲਿਆਉਣਾ ਹੈ ਸੋਨੇ ਦੇ ਟਕੇ ਦਾ ਆਇਸ ਮਾਨ ਲੇਨ ਮਰਦਾਨੇ ਭਾਈ ਮਰਦਾਨੇ ਜੀ ਨੇ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਹੁਕਮ ਮੰਨਿਆ ਗਮਨਿਉ ਪੋਰ ਬਜ਼ਾਰ ਜਹਿ ਥਾਨੇ ਇਹ ਇਸ ਤਰ੍ਹਾਂ ਸਿਆਲਕੋਟ ਜਿਹੜਾ ਸ਼ਹਿਰ ਸੀਗਾ ਉਥੇ ਨੂੰ ਚੱਲ ਪਏ ਹਨ ਭਾਈ ਮਰਦਾਨਾ ਜੀ ਸੱਚ ਝੂਠ ਖਰੀਦਣ ਵਾਸਤੇ ਬੋਝਨ ਲੱਗਾ ਹਾਟ ਪਰ ਸੋਏ ਬਾਬਾ ਮਰਦਾਨਾ ਜੀ ਦੁਕਾਨ ਤੇ ਜਾਂਦੇ ਆ ਤੇ ਦੁਕਾਨਦਾਰ ਨੂੰ ਪੁੱਛਦੇ ਸ਼ਾਹੂਕਾਰ ਨੂੰ ਤੂੰ ਮਟੇਗ ਸਾਜ ਝੋਠ ਜੇ ਹੋਏ ਭਾਈ ਮੇਰੇ ਮਾਲਕ ਨੇ ਭੇਜਿਆ ਹੈ ਮੈਨੂੰ ਸੱਚ ਝੂਠ ਖਰੀਦਣ ਵਾਸਤੇ ਤੁਹਾਡੇ ਕੋਲ ਹੈ ਸੱਚ ਝੂਠ ਇਕ ਟਕਾ ਕੰਚਨ ਕੋਲੀ ਜਾਏ ਜੇ ਜੇ ਤੁਹਾਡੇ ਕੋਲ ਸੱਚ ਝੂਠ ਹੈ ਨਾ ਸੌਦਾ ਤੇ ਆਹ ਸੋਨੇ ਦਾ ਟਕਾ ਲੈ ਲਓ ਤੇ ਮੈਨੂੰ ਸੱਚ ਝੂਠ ਦਾ ਸੌਦਾ ਦੇ ਦੇਵੋ ਤਿਸ ਕੋ ਸੱਚ ਝੂਠ ਮੋਝ ਦੇ ਜਾਏ ਕਿਉਂਕਿ ਮੈਨੂੰ ਸੱਚ ਝੂਠ ਖਰੀਦਣ ਵਾਸਤੇ ਭੇਜਿਆ ਤੇ ਸੋਨੇ ਦੇ ਆ ਟਕਾ ਲੈ ਕੇ ਸੱਚ ਝੂਠ ਦਾ ਸੌਦਾ ਮੈਨੂੰ ਪਾ ਦੇਵੋ ਝੋਲੀ ਵਿੱਚ ਸਭ ਬਾਜ਼ਾਰ ਬੋਝਿਓ ਫਿਰ ਸੋ ਬਾਬੇ ਮਰਦਾਨੇ ਜੀ ਨੇ ਸ਼ਿਆਲਕੋਟ ਸ਼ਹਿਰ ਸਾਰਾ ਘੁੰਮਿਆ ਇੱਕ ਇੱਕ ਦੁਕਾਨ ਤੇ ਜਾ ਕੇ ਸ਼ਾਹੂਕਾਰਾਂ ਨੂੰ ਕਹਿੰਦੇ ਐ ਮੇਰੇ ਸੁਆਮੀ ਨੇ ਭੇਜਿਆ ਭਾਈ ਆ ਸੋਨੇ ਦਾ ਟਕਾ ਲੈ ਲਓ ਤੇ ਸੱਚ ਝੂਠ ਦਾ ਸੌਦਾ ਮੈਨੂੰ ਦੇ ਦੇਵੋ ਸੋਨ ਬਿਸਮਹਿ ਨਹ ਮਨਹ ਕੋ ਜਿਹੜਾ ਵੀ ਸੁਣਦਾ ਹੈ ਸੱਚ ਝੂਠ ਦਾ ਸੌਦਾ ਹਰਾਨ ਹੋ ਜਾਂਦੇ ਕਹਿੰਦੇ ਅਸੀਂ ਤਾਂ ਸੌਦਾ ਸੁਣਿਆ ਹੀ ਨਹੀਂ ਸੱਚ ਝੂਠ ਹੁੰਦਾ ਕੀ ਹੈ ਇੱਕ ਬਨਿਆ ਪੋਨ ਬੋਝੇ ਹੋ ਜਬ ਹੈ ਇੱਕ ਬਾਣਿਆ ਸੀਗਾ ਉਹਨੂੰ ਜਾ ਕੇ ਜਦ ਬਾਬੇ ਮਰਦਾਨੇ ਜੀ ਨੇ ਪੁੱਛਿਆ ਤਿਸਨੇ ਟਕਾ ਲੈਣ ਕਰ ਤਬ ਹੈ ਕਹਿਣ ਲਗਾ ਚੰਗਾ ਬਈ ਲਿਆ ਮੇਰੇ ਕੋਲ ਸੌਦਾ ਹੈਗਾ ਮੈਂ ਤੈਨੂੰ ਦਿਨਾ ਸੋਨੇ ਦਾ ਟਕਾ ਮੈਨੂੰ ਦੇ ਦੇ ਭਾਈ ਮਰਦਾਨੇ ਜੀ ਤਾਂ ਉਹ ਸੋਨੇ ਦਾ ਟਕਾ ਸਹਾੂਕਾਰ ਨੇ ਆਪ ਲੈ ਲਿਆ ਕਾਗਜ਼ ਪਰ ਲਿਖ ਦੇਨੋ ਤਾਹੀਂ ਤੇ ਇੱਕ ਕਾਗਜ਼ ਲੈ ਕੇ ਉਹਦੇ ਉੱਤੇ ਉਹ ਸਹਾੂਕਾਰ ਨੇ ਇਹ ਸੌਦਾ ਲਿਖ ਦਿੱਤਾ ਜੀਵਨ ਝੂਠ ਮਰਨ ਸੱਚ ਆਹੇ ਇਹ ਲਿਖਿਆ ਹੈ ਕਹਿੰਦਾ ਜਿਉਣਾ ਝੂਠ ਤੇ ਮਰਨਾ ਸੱਚ ਲੈ ਮਰਦਾਨਾ ਮੋਰਿਓ ਬਾਹਰੇ ਕਿਉਂ ਕਾਗਜ਼ ਦੇ ਲਿਖ ਕੇ ਬਾਬੇ ਮਰਦਾਨੇ ਜੀ ਨੂੰ ਦੇ ਦਿੱਤਾ ਸੋਨੇ ਦਾ ਟਕਾ ਰੱਖ ਲਿਆ ਤੇ ਕਹਿਣ ਲੱਗਾ ਲੈ ਭਾਈ ਆ ਤੇਰਾ ਸੋਨੇ ਦੇ ਟਕੇ ਦਾ ਸੌਦਾ ਮੈਂ ਤੈਨੂੰ ਦੇ ਦੇਤਾ ਐ ਕਾਗਜ਼ ਦੇ ਵਿੱਚ ਐ ਆਪਣੇ ਮਾਲਕ ਨੂੰ ਜਾ ਕੇ ਦੇ ਦੇਵੇਂ ਬਾਬਾ ਮਰਦਾਨਾ ਜੀ ਉਹ ਕਾਗਜ਼ ਲੈ ਕੇ ਵਾਪਸ ਆ ਗਏ ਆਇਓ ਹੋਤੇ ਪ੍ਰਭੂ ਜੈ ਠਾਉਰੇ ਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਸ ਭਾਈ ਮਰਦਾਨਾ ਜੀ ਆ ਗਏ ਕਹਨ ਲਗਯੋ ਮੈਂ ਫਿਰਿਓ ਕਨੇਰਾ ਬਾਬਾ ਮਰਦਾਨਾ ਜੀ ਕਹਿਣ ਲਗੇ ਸੱਚੇ ਪਾਤਸ਼ਾਹ ਮਹਾਰਾਜ ਮੈਂ ਬਹੁਤ ਘੁੰਮਿਆ ਹਾਂ ਸ਼ਹਿਰ ਦੇ ਵਿੱਚ ਕਿਸਕੇ ਪਾਸ ਨਾ ਸੌਦਾ ਹੈਰਾ ਮਹਾਰਾਜ ਮੈਂ ਕਿਸੇ ਕੋਲ ਸੌਦਾ ਨਹੀਂ ਦੇਖਿਆ ਸੱਚ ਝੂਠ ਦਾ ਸੁਣ ਇੱਕ ਬਾਨੀਏ ਮੋਜ ਕੋ ਦਿਨ ਤੇ ਬਹੁਤ ਥੱਕਣ ਤੋਂ ਬਾਅਦ ਘੁੰਮਣ ਤੋਂ ਬਾਅਦ ਇਕ ਬਾਣਿਆ ਨੇ ਮਹਾਰਾਜ ਮੈਨੂੰ ਇਹ ਸੌਦਾ ਦਿੱਤਾ ਸੱਚ ਝੂਠ ਦਾ ਇਹ ਕਾਗਜ਼ ਪੜ ਕਾ ਲੈ ਹੋ ਚੇਨ ਸੱਚੇ ਬਾਦਸ਼ਾਹ ਮਹਾਰਾਜ ਮੈਨੂੰ ਤਾਂ ਪਤਾ ਨਹੀਂ ਆ ਕਾਗਜ਼ ਵਿੱਚ ਉਹਨੇ ਬੰਨ ਦਿੱਤਾ ਸੱਚ ਝੂਠ ਇਹ ਕੀ ਹੈ ਤੁਸੀਂ ਦੇਖ ਲਵੋ ਪੇਖ ਬੋਲੇ ਬਿਦ ਕੋਲ ਟਿਕਾ ਜੇ ਜੁੜ ਦੇਖਿਆ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਨਿਸ਼ਚੈ ਆਨਯੋ ਸੌਦਾ ਨੀਕਾ ਗਰੀਬ ਨਿਵਾਜ ਕਹਿਣ ਲੱਗੇ ਮਰਦਾਨਿਆ ਭਾਈ ਚੋਰੀ ਨਹੀਂ ਹੋਈ ਤੇਰੇ ਨਾਲ ਠੱਗੀ ਨਹੀਂ ਹੋਈ ਜੋ ਸੌਦਾ ਤੈਨੂੰ ਲੈਣ ਭੇਜਿਆ ਸੀ ਬਹੁਤ ਵਧੀਆ ਸੌਦਾ ਖਰੀਦ ਕੇ ਲਿਆ ਆਇਆ ਹੈ ਤੂੰ ਜੋ ਪਰੰਤ ਹੈ ਬੇਚਨ ਹਾਰੋ ਉਹ ਜਿਹੜਾ ਵੇਚਣ ਵਾਲਾ ਜਿੰਨੇ ਸੌਦਾ ਵੇਚਿਆ ਤੈਨੂੰ ਤੈਹ ਕੋ ਹਮਰੇ ਨਿਗਟ ਹਕਾਰੋ ਤੇ ਤੂੰ ਇਸ ਤਰ੍ਹਾਂ ਕਰੋ ਉਹ ਸ਼ਾਹੂਕਾਰ ਨੂੰ ਸਾਡੇ ਪਾਸ ਬੁਲਾ ਕੇ ਲਿਆ ਗਮਨੇ ਉਹ ਤਾਂ ਹ ਬਹਰ ਮਰਦਾਨਾ ਉਬਰੰਤ ਭਾਈ ਮਰਦਾਨਾ ਜੀ ਚੱਲ ਪਏ ਨੇ ਉਹ ਸ਼ਾਹੂਕਾਰ ਨੂੰ ਬੁਲਾਉਣ ਵਾਸਤੇ ਜਾਏ ਬਨਕ ਸੋ ਬਚਨ ਬਖਾਨਾ ਤੇ ਜਾ ਕੇ ਬਾਣੀਏ ਨੂੰ ਕਹਣ ਲੱਗੇ ਬਾਬਾ ਮਰਦਾਨਾ ਜੀ ਸੌਦਾ ਤੁਮਨੇ ਦਿਨੋ ਜਾਹੂ ਭਾਈ ਉਹ ਜਿਹੜਾ ਤੂੰ ਸਾਨੂੰ ਸੌਦਾ ਦਿੱਤਾ ਹੈ ਸੱਚ ਝੂਠ ਦਾ ਪਰਖਿਓ ਖਰਾ ਸਰਾ ਹੈ ਉਹ ਤਾਹੋਂ ਉਹ ਮੇਰੇ ਮਾਲਕ ਸਤਿਗੁਰਾਂ ਨੇ ਉਹਦੀ ਪਰਖ ਕੀਤੀ ਹੈ ਤੇਰਾ ਸੌਦਾ ਖੋਟਾ ਨਹੀਂ ਹੈ ਤੇਰਾ ਸੌਦਾ ਸੱਚਾ ਹੈ ਠੀਕ ਹੈ ਤੇ ਮੇਰੇ ਗੁਰੂ ਨੇ ਤੇਰੇ ਸੌਦੇ ਦੀ ਬੜੀ ਸਿਫਤ ਕੀਤੀ ਹੈ ਵੀ ਸੌਦਾ ਬਹੁਤ ਵਧੀਆ ਹੈ ਇਹ ਦਿੱਤਾ ਹੋਇਆ ਤੈਨੂੰ ਵਹਿਰ ਨਗਰ ਬੈਠਿਓ ਇੱਕ ਥਾਵਾਂ ਤੇ ਮੇਰੇ ਸਤਿਗੁਰੂ ਜੀ ਮੇਰੇ ਮਾਲਕ ਜੀ ਨਗਰ ਤੋਂ ਬਾਹਰ ਇੱਕ ਜਗ੍ਹਾ ਤੇ ਬੈਠੇ ਹੋਏ ਐ ਤੁਝ ਕੋ ਆਪਣੇ ਨਿਕਟ ਬੁਲਾਵਾ ਅਤੇ ਤੈਨੂੰ ਉਹਨਾਂ ਨੇ ਆਪਣੇ ਪਾਸ ਬੁਲਾਇਆ ਹੈ ਇੱਕ ਬਾਰ ਚਲ ਕੇ ਮਿਲ ਲਜੈ ਤੂੰ ਹਣੇ ਇਸ ਤਰ੍ਹਾਂ ਕਰ ਮੇਰੇ ਸੁਆਮੀ ਨੂੰ ਚੱਲ ਕੇ ਮੇਲ ਉਹਨਾਂ ਦੇ ਦਰਸ਼ਨ ਕਰ। ਫੁਨ ਨਿਜ ਹਾਟ ਆਵਨੋ ਕੇ ਜੈ। ਇਹ ਦਰਸ਼ਨ ਕਰਕੇ ਮੇਰੇ ਸਤਿਗੁਰਾਂ ਦੇ ਫਿਰ ਵਾਪਸ ਆਪਣੀ ਦੁਕਾਨ ਤੇ ਆ ਜਾਣਾ। ਸੁਣ ਕੇ ਸ਼੍ਰੋਣ ਚਲੋ ਤੇ ਹਥਾਈ। ਇਹ ਬਚਨ ਸੁਣ ਕੇ ਸ਼ਾਹੂਕਾਰ ਭਾਈ ਮਰਦਾਨਾ ਜੀ ਦੇ ਨਾਲ ਚੱਲ ਪਿਆ। ਜਹਾਂ ਬਿਰਾਜ ਹੈ ਸ਼ਿਰਿ ਜਗ ਸਾਈਂ। ਜਿੱਥੇ ਧੰਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਵਾ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਮੜੀਆਂ ਵਿੱਚ ਬਹਿ ਜਾਂਦੇ ਐ ਤੇ ਉਹ ਮੜੀਆਂ ਗੁਰਦੁਆਰੇ ਬਣ ਜਾਂਦੀਆਂ ਨੇ ਰੋੜਾਂ ਦੇ ਉੱਤੇ ਬਹਿ ਜਾਂਦੇ ਐ ਤੇ ਗੁਰਦੁਆਰਾ ਰੋੜੀ ਸਾਹਿਬ ਬਣ ਜਾਂਦਾ ਹੈਗਾ ਜਿੱਥੇ ਸਤਿਗੁਰੂ ਜੀ ਚਰਨ ਪਾਉਂਦੇ ਉਹ ਪਾਵਨ ਪਵਿੱਤਰ ਧਰਤੀ ਹੋ ਜਾਂਦੀ ਹੈ ਉਹ ਸਾਧ ਸੰਗਤ ਜੀ ਅਸਥਾਨ ਉਹ ਧਰਤੀ ਸਿਆਲਕੋਟ ਦੀ ਨਗਰ ਤੋਂ ਬਾਹਰ ਸਤਿਗੁਰੂ ਬੈਠੇ ਜੋ ਪਾਵਨ ਪਵਿੱਤਰ ਹੋ ਗਈ ਗਰੀਬ ਨਵਾਜ਼ ਪਾਤਸ਼ਾਹ ਮਹਾਰਾਜ ਦੇ ਪਾਸੇ ਸ਼ਾਹੂਕਾਰ ਪਹੁੰਚ ਗਿਆ ਦੇਖ ਫਕੀਰ ਦੇਖ ਦੁਖ ਕੰਦਨ ਇਹ ਇਸ ਨੇ ਸ਼ਾਹੂਕਾਰ ਨੇ ਦੇਖਿਆ ਇਹ ਭਾਈ ਦਾ ਜਿਹੜਾ ਗੁਰੂ ਹੈ ਫਕੀਰ ਭੇਖ ਦੇ ਵਿੱਚ ਹੈ ਕਰੇ ਚਰਨ ਕਮਲਾਨ ਪਰ ਬੰਧਨ ਤੇ ਸੰਤ ਸਰੂਪ ਦੇਖ ਕੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਸ਼ਾਹੂਕਾਰ ਨੇ ਨਮਸਕਾਰ ਕੀਤੇ ਪਹਾਉ ਤਾਰੇ ਗਾ ਬੈਠ ਸਮੇਪਾ ਬੜੇ ਪਿਆਰ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਸ ਇਹ ਸ਼ਾਹੂਕਾਰ ਬੈਠ ਗਿਆ ਸੇਖ ਬੋਲੇ ਬੇਦੇ ਕੋਲ ਦੀਪਾ ਤੇ ਉਸ ਸ਼ਾਹੂਕਾਰ ਨੂੰ ਦੇਖ ਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਹੋ ਸ਼ਾਹ ਕੋ ਨਾਮ ਤੁਮਾਰਾ ਬਈ ਸ਼ਾਹੂਕਾਰਾ ਤੇਰਾ ਬਈ ਨਾਮ ਕੀ ਹੈ ਕਿਆ ਉਪਦੇਸ਼ ਹਿਰਦੇ ਮਹਤਾਰਾ ਤੇ ਇਹ ਉਪਦੇਸ਼ ਜਿਹੜਾ ਹੈ ਇਹ ਕਿਸ ਤਰ੍ਹਾਂ ਤੇਰੇ ਹਿਰਦੇ ਵਿੱਚ ਵਸਿਆ ਹੋਇਆ ਹੈ ਜੀਵਨ ਝੂਠ ਮਰਨ ਸੱਚ ਜਾਤਾ ਕਿਉਂਕਿ ਜਿਸ ਤੋਂ ਤੈਨੂੰ ਇਹ ਪਤਾ ਲੱਗਿਆ ਹੈ ਭਈ ਜੀਵਣਾ ਜਿਹੜਾ ਹੈ ਉਹ ਝੂਠ ਹੈ ਤੇ ਮਰਨਾ ਸੱਚ ਹੈ ਇਹ ਕੋਈ ਨਿੱਕੀ ਜੀ ਗੱਲ ਨਹੀਂ ਹਰ ਇੱਕ ਦੇ ਮਨ ਵਿੱਚ ਨਹੀਂ ਇਹ ਧਾਰਨਾ ਆਉਂਦੀ ਤੇਰੇ ਕਿਵੇਂ ਇਹ ਮਨ ਵਿੱਚ ਬੈਠ ਗਈ ਹੈ ਇਹ ਗਿਆਨ ਤੈਨੂੰ ਕਿੱਥੋਂ ਮਿਲਿਆ ਹੈ ਕਿ ਧਾ ਬਣਾਏ ਲਿਖੇ ਇਹ ਬਾਤਾਂ ਤੇ ਜਾਂ ਫਿਰ ਸੱਚੇ ਬਾਦਸ਼ਾਹ ਕਹਿਣ ਲੱਗੇ ਮੈਂ ਸੋਚ ਸਮਝ ਕੇ ਲਿਖ ਦਿੱਤਾ ਹੈ ਤੈਨੇ ਬੋਲਿਓ ਬਨਿਓ ਦੁਆਰ ਘਰ ਬੰਦੇ ਦੋਨੋਂ ਹੱਥ ਜੋੜ ਕੇ ਉਹ ਬਾਣੀਆਂ ਸਤਿਗੁਰੂ ਸੱਚੇ ਬਾਦਸ਼ਾਹ ਮਹਾਰਾਜ ਨੂੰ ਕਹਿਣ ਲੱਗਾ ਕਹੋ ਸਾਚ ਸੁਣ ਸੰਤ ਮੁਕੰਦੇ ਇਹ ਸੱਚੇ ਬਾਦਸ਼ਾਹ ਮਹਾਰਾਜ ਮੁਕਤੀ ਦੇ ਦਾਤੇ ਮੇਰੇ ਸਤਿਗੁਰੂ ਜੀ ਸੁਣੋ ਮੇਰੀ ਬੇਨਤੀ ਮੇਰੋ ਨਾਮ ਪਨੈ ਜਗ ਮੂਲਾ ਰੀਵਨਵਾਇ ਸੱਚੇ ਬਾਦਸ਼ਾਹ ਮਹਾਰਾਜ ਦੁਨੀਆ ਦੇ ਵਿੱਚ ਮੇਰਾ ਜਨਮ ਹੋਇਆ ਹੈ ਤੇ ਮੇਰੇ ਮਾਤਾ ਪਿਤਾ ਨੇ ਮੇਰਾ ਨਾਮ ਮੂਲਾ ਰੱਖਿਆ ਹੈ ਸਾਰੇ ਲੋਕ ਮੈਨੂੰ ਮੂਲਾ ਖੱਤਰੀ ਕਰਕੇ ਜਾਣਦੇ ਹਨ ਗਿਆਨ ਜੋ ਅਸ ਰਾਵਰ ਅਨਕੁਲਾ ਤੇ ਇਹ ਸੱਚੇ ਪਾਤਸ਼ਾਹ ਜਿਹੜਾ ਗਿਆਨ ਮੈਨੂੰ ਮਿਲਿਆ ਹੈ ਨਾ ਇਹ ਆਪ ਜੀ ਵਾਲਾ ਹੀ ਗਿਆਨ ਹੈ ਜੋ ਤੁਸੀਂ ਬਖਸ਼ਿਸ਼ ਕਰਦੇ ਹੋ ਕਿਰਪਾ ਕਰਦੇ ਹੋ ਲੋਕਾਂ ਨੂੰ ਇਹ ਹੀ ਮੈਨੂੰ ਪ੍ਰਾਪਤ ਹੋਇਆ ਹੋਇਆ ਜਿਸ ਕੋ ਚਾਹ ਹੋ ਤਿਸੈ ਜਨਾਵਹ ਤੇ ਇਹ ਗਿਆਨ ਦਿੰਦੇ ਕਿਨੂੰ ਉਹ ਜਣਾਉਂਦੇ ਕਿਨੂੰ ਉਹ ਦਰਸਾਉਂਦੇ ਕਿਨੂੰ ਆ ਜਿਹੜਾ ਤੁਹਾਨੂੰ ਚੰਗਾ ਲੱਗ ਜਾਵੇ ਜਿਹੜਾ ਤੁਹਾਨੂੰ ਭਾ ਜਾਵੇ ਉਹਦੇ ਹਿਰਦੇ ਦੇ ਵਿੱਚ ਇਹ ਬਚਨ ਵਸ ਜਾਂਦਾ ਹੈ ਵੀ ਜਿਉਣਾ ਜਿਹੜਾ ਹੈ ਉਹ ਝੂਠ ਹੈ ਤੇ ਮਰਨਾ ਸੱਚ ਹੈ ਸਾਜ ਝੂਠ ਸਭ ਰਦਾ ਦਰੜਾਵਹ ਉਹਨੂੰ ਸੱਚ ਝੂਠ ਦਾ ਗਿਆਨ ਹੋ ਜਾਂਦਾ ਹੈ ਮਹਾਰਾਜ ਜੇ ਤੇ ਤੁਸੀਂ ਕਿਰਪਾ ਕਰਦੇ ਆਪਣੇ ਆਪ ਨਹੀਂ ਗਿਆਨ ਹੁੰਦਾ ਇਹ ਆਪਣੇ ਆਪ ਤਾਂ ਜੀਵ ਜਿਵੇਂ ਜਿਵੇਂ ਬੁੱਢਾ ਹੁੰਦਾ ਤਵੇਂ ਤਵੇਂ ਲਾਲਸਾ ਵੱਧਦੀ ਜਾਂਦੀ ਹੈ ਨਗਰੇ ਲੋਕ ਜਿਹੜੇ ਆ ਕਿਤੇ ਦੇਖ ਲੈਣਾ ਜਿਵੇਂ ਜਿਵੇਂ ਅਵਸਥਾ ਜ਼ਿਆਦੀ ਹੋਵੇਗੀ ਉਮਰ ਵਧੇਗੀ ਤੇਵੇਂ ਤੇਵੇਂ ਲਾਲਚ ਵੀ ਵੱਧ ਜਾਂਦਾ ਹੈ ਕ੍ਰੋਧ ਵੀ ਵੱਧ ਜਾਂਦਾ ਸਾਰੇ ਉਸ ਦੇ ਵਿੱਚ ਔਗਣ ਜਿਹੜੇ ਵਧਨੇ ਸ਼ੁਰੂ ਹੋ ਜਾਂਦੇ ਆ ਸੋ ਇਸ ਵਾਸਤੇ ਮਹਾਰਾਜ ਜੀ ਤੁਸੀਂ ਕਿਰਪਾ ਕਰੋ ਤਾਂ ਇਹ ਗਿਆਨ ਮਿਲਦਾ ਵਰਨਾ ਗਿਆਨ ਨਹੀਂ ਮਿਲਦਾ ਹੈ ਦਰਵ ਲੋਭ ਹਿਰਦੇ ਮੁਝ ਭਾਰੇ ਤੇ ਮਹਾਰਾਜ ਐ ਨਹੀਂ ਵੀ ਮੈਨੂੰ ਮਾਇਆ ਦਾ ਲਾਲਚ ਨਹੀਂ ਹੈ ਮੈਂ ਖत्री ਪੋਤੇ ਆ ਮਹਾਰਾਜ ਮੈਨੂੰ ਮਾਇਆ ਦਾ ਲਾਲਚ ਬਹੁਤ ਜ਼ਿਆਦਾ ਹੈ ਕਾਗਜ਼ 'ਤੇ ਲਿਖ ਦੇਣ ਸਵਾਰੇ ਤੇ ਮੈਂ ਤੇ ਮਹਾਰਾਜ ਮਾਇਆ ਦੇ ਲਾਲਜ ਵਿੱਚ ਇਹ ਕਾਗਜ਼ ਦੇ ਵਿੱਚ ਸੋਚ ਸਮਝ ਕੇ ਵੀ ਸੱਚ ਝੂਠ ਕੀ ਹੋ ਸਕਦਾ ਇਦੋਂ ਪਰੇ ਤੇ ਕੁਝ ਨਹੀਂ ਹੋ ਸਕਦਾ ਤੇ ਇਸ ਵਾਸਤੇ ਮੈਂ ਜਿਉਣਾ ਸੱਚ ਝੂਠ ਤੇ ਮਰਨਾ ਸੱਚ ਇਹ ਸ਼ਬਦ ਲਿਖ ਦਿੱਤੇ ਹਨ ਹਰਦ ਸਦਾ ਚਾਹਤ ਹਾਂ ਐਸੇ ਤੇ ਮਹਾਰਾਜ ਮਨ ਵਿੱਚ ਮੇਰੇ ਇਛਾ ਰਹਿੰਦੀ ਹੈ ਕਾਗਜ਼ ਪਰ ਲੇਖ ਭੇਜੇ ਜੈਸੇ ਜੋ ਮੈਂ ਕਾਗਜ਼ ਤੇ ਲਿਖ ਦਿੱਤਾ ਕਿਉਂਕਿ ਮੇਰੇ ਮਨ ਵਿੱਚ ਵੀ ਹੈ ਕਿ ਮਰਨਾ ਹੈ ਇੱਕ ਦਿਨ ਅਵਸ਼ ਮਰਨਾ ਹੈ ਸਚਾਈ ਹੈ ਟਲ ਹੈ ਮਰਨ ਦੀ ਸਾਧ ਸੰਗਤ ਜੀ ਮਨੁੱਖ ਸਮਯਦਾ ਨਹੀਂ ਹੈ ਮੌਤ ਕੋਈ ਬਹੁਤ ਵੱਡੀ ਦੁਖਦਾਈ ਘਟਨਾ ਨਹੀਂ ਹੈ ਜੀਵ ਰੋਜ਼ ਹੀ ਮਰਦਾ ਹੈ ਤੇ ਰੋਜ਼ ਹੀ ਜੰਮਦਾ ਹੈ ਹੈਰਾਨ ਹੋਵੋ ਕੋਈ ਰੋਜ਼ ਕਿਵੇਂ ਜੰਮਦਾ ਮਰਦਾ ਆ ਜਿਹੜੀ ਆਪਾਂ ਨੀਂਦ ਲੈਨੇ ਆ ਨਾ ਇੱਕ ਛੋਟੀ ਮੌਤ ਹੈ ਨਿੱਕੀ ਮੌਤ ਹੈ ਛੋਟੀ ਤੇ ਪੱਕਾਈ ਲੰਮੀ ਨੀਂਦੇ ਚਲੇ ਜਾਣਾ ਉਹ ਲੰਮੀ ਨੀਂਦ ਹੋ ਗਈ ਤੇ ਇਸੇ ਤਰ੍ਹਾਂ ਨੀਂਦ ਨਿੱਕੀ ਮੌਤ ਹੈ ਤੇ ਮੌਤ ਲੰਬੀ ਨੀਂਦ ਹੈ ਜਿਹੜਾ ਇਸ ਗੱਲ ਦੀ ਵਿਚਾਰ ਕਰ ਲੈਂਦਾ ਉਹਨੂੰ ਤੇ ਮੌਤ ਦਾ ਕੋਈ ਭੈ ਨਹੀਂ ਰਹਿ ਜਾਂਦਾ ਤੇ ਜਿਹੜੇ ਇਸ ਗੱਲ ਦੀ ਵਿਚਾਰ ਨਹੀਂ ਕਰਦੇ ਉਹ ਮੌਤ ਤੋਂ ਹੀ ਡਰਦੇ ਰਹਿੰਦੇ ਹਨ ਹਰ ਵੇਲੇ ਜਾਂ ਫਿਰ ਲੋਕ ਮੌਤ ਨੂੰ ਭੁੱਲ ਕੇ ਵਿਸ਼ੇਵਕਾਰ ਪਾਪ ਕਰਮ ਕਰਦੇ ਰਹਿੰਦੇ ਪਾਪਾਂ ਵਿੱਚ ਲੱਗੇ ਰਹਿੰਦੇ ਹਨ ਇਸ ਵਾਸਤੇ ਇਹ ਸ਼ਾਹੂਕਾਰ ਕਹਿਣ ਲੱਗਾ ਮਹਾਰਾਜ ਹਾਂ ਤਾਂ ਮੈਂ ਸ਼ਾਹੂਕਾਰ ਤੇ ਲਾਲਜੀ ਵੀ ਹਾਂ ਪਰ ਆਹ ਜਿਹੜੇ ਸ਼ਬਦ ਲਿਖੇ ਨੇ ਇਹ ਮੇਰੇ ਮਨ ਵਿੱਚ ਵਸੇ ਐ ਮੈਂ ਕੋਈ ਬਨਾਉਟ ਨਹੀਂ ਐ ਲਿਖੇ ਹੋਏ ਇਹ ਮੈਨੂੰ ਗਿਆਨ ਹੈ ਕਿ ਮਰਨਾ ਇੱਕ ਦਿਨ ਜ਼ਰੂਰ ਐ ਇਹ اٹਲ ਸਚਾਈ ਹੈ ਮਰਨ ਦੀ ਤੇ ਜਿਉਣਾ ਜਿਹੜਾ ਤੇ ਝੂਠ ਐ ਪਤਾ ਨਹੀਂ ਕਿੰਨਾ ਚਿਰ ਜਿਉਣਾ ਹੈ ਗੁਰਬਾਣੀ ਨੇ ਵੀ ਇੱਕ ਨਹੀਂ ਅਨੇਕਾਂ ਜਗ੍ਹਾ ਤੇ ਮੋਹਰਾ ਲਾਈਆਂ ਮਤ ਕੇ ਜਾਪੇ ਸਹਾਵੇ ਕੇ ਨਾ ਆਵੇ RAM ਪਤਾ ਨਹੀਂ ਸਹਾਉਣਾ ਕਿ ਨਹੀਂ ਆਉਣਾ ਇਡੋਰਾ ਸਵਾਸਾਂ ਦੀ ਤੰਦ ਕਿੱਥੇ ਟੁੱਟ ਜਾਣੀ ਐ ਇਹ ਗੁਰਮੁਖ ਜਾਣੀ ਹਿਰਦੇ ਵਿੱਚ ਵਸਾ ਕੇ ਰੱਖਦੇ ਮਨਮੁਖ ਲੋਕ ਤਾਂ ਮਰਨਾ ਭੁੱਲ ਜਾਂਦੇ ਐ ਤੇ ਇਸ ਵਾਸਤੇ ਜਿਨ੍ਹਾਂ ਨੇ ਮਰਨਾ ਵਿਸਾਰ ਦਿੱਤਾ ਉਹ ਪਾਪ ਕਰਮ ਵੀ ਵੱਧ ਤੋਂ ਵੱਧ ਕਰਦੇ ਤੇ ਜਿਨ੍ਹਾਂ ਨੂੰ ਪਤਾ ਹੈ ਵੀ ਇੱਕ ਦਿਨ ਲੰਮੀ ਨੀਂਦ ਸੌਣਾ ਹੈ ਤੇ ਅੱਗੇ ਜਾ ਕੇ ਪਰਮੇਸ਼ਰ ਨੂੰ ਹਿਸਾਬ ਵੀ ਦੇਣਾ ਹੈ ਉਹ ਇਸ ਗੱਲ ਦੇ ਧਾਰ ਨਹੀਂ ਹੋ ਕੇ ਰਹਿੰਦੇ ਐ ਵੀ ਜਿਉਣਾ ਝੂਠ ਤੇ ਮਰਨਾ ਸੱਚ ਕਹਿੰਦਾ ਮਹਾਰਾਜ ਇਹ ਗੱਲ ਮੇਰੇ ਮਨ ਵਿੱਚ ਵਸੀ ਹੋਈ ਹੈ ਕਿ ਮਰਨਾ ਤਾਂ ਜ਼ਰੂਰ ਹੈ اٹਲ ਸਚਾਈ ਮੌਤ ਦੀ ਹੈ ਤੇ ਜਿਉਣਾ ਝੂਠ ਹੈ ਇਸ ਵਾਸਤੇ ਮੈਂ ਲਾਲਚ ਵਿੱਚ ਆਣ ਕੇ ਜੋ ਮੇਰੇ ਮਨ ਵਿੱਚ ਬਚਨ ਸੀ ਉਹ ਕਾਗਜ਼ ਦੇ ਉੱਤੇ ਲਿਖ ਦਿੱਤੇ ਹਨ ਡਿਰਡ ਅਭਿਆਸ ਨਾ ਮਨ ਮੈਂ ਹੋ ਪਰ ਮਹਾਰਾਜ ਮੇਰੇ ਮਨ ਵਿੱਚ ਅਭਿਆਸ ਨਹੀਂ ਹੈ ਇਹ ਗੱਲ ਦਿਰਡ ਕਰਕੇ ਪੱਕੀ ਤਰ੍ਹਾਂ ਵੱਜੀ ਹੋਈ ਨਹੀਂ ਹੈ ਜਬ ਲਾ ਮਿਲੇ ਸੰਤ ਨਹਿ ਕੋ ਕਿਉਂਕਿ ਜਦ ਤੱਕ ਪੂਰੇ ਗੁਰੂ ਸਾਧੂ ਨਹੀਂ ਮਿਲਦੇ ਤਦੋਂ ਤੱਕ ਮਹਾਰਾਜ ਇਹ ਵਿਸ਼ਵਾਸ ਨਹੀਂ ਵੱਜਦਾ ਇਹਨਾਂ ਗੱਲਾਂ ਦਾ ਸੁਨ ਕੈ ਸ਼ੇਰ ਗੁਰ ਤਿਹ ਸੋ ਭਾਖਾ ਇਹ ਵਚਨ ਸੱਚੇ ਪਾਤਸ਼ਾਹ ਮਹਾਰਾਜ ਨੇ ਮੂਲੇ ਖत्री ਦੇ ਸੁਣੇ ਤੇ ਕਹਿਣ ਲੱਗੇ ਔਰ ਮਹ ਲਖ ਹੋ ਜੇ ਅਸ ਅਬ ਲਖਾ ਇਹ ਭਾਈ ਮੂਲੇ ਜੇ ਤੇਰੇ ਮਨ ਵਿੱਚ ਭਾਈ ਇਹ ਇੱਛਾ ਹੈ ਤੂੰ ਜਾਣਦਾ ਹੈ ਇਸ ਗੱਲ ਨੂੰ ਤਾ ਤੂੰ ਰਹਿ ਹੋ ਹਮਾਰੇ ਸਾਥਾ ਤਾਂ ਫਿਰ ਇੰਜ ਕਰ ਘਰ ਪਰਿਵਾਰ ਦਾ ਮੋਹ ਤਿਆਗ ਦੇ ਆ ਜਾ ਸਾਡੇ ਪਾਸ ਸਾਡੇ ਨਾਲ ਹੀ ਰਹਿ ਆ ਕਰ ਇੱਛਾ ਪੂਰ ਹੈ sire jag nathਾ ਜੇ ਤੇਰੇ ਮਨ ਦੀ ਇੱਛਾ ਹੈ ਨਾ ਉਹ ਕਰਤਾ ਪੁਰਖ ਵਾਹਿਗੁਰੂ ਤੇਰੀ ਪੂਰੀ ਕਰੇਗਾ ਬਾਛਨ ਮਾਨਕੈ ਤਬ ਹੈ ਮੋਲਾ ਇਹ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਸੁਣੇ ਹੈ ਭਾਈ ਮੂਲੇ ਖਤਰੀ ਨੇ ਤੇ ਸਤ ਕਰਕੇ ਮੰਨੇ ਚਲੋ ਸੰਗ ਲਖ ਗੁਰ ਅਨਕੂਲਾ ਅਤੇ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਹੁਕਮ ਵਿੱਚ ਰਹਿਣ ਵਾਸਤੇ ਨਾਲ ਚੱਲ ਪਿਆ ਗਮਨੇ ਆਨ ਥਾਨ ਜਗ ਸਾਈਂ ਐਸ ਤਰ੍ਹਾਂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਸਿਆਲਕੋਟ ਦੀ ਨਗਰੀ ਨੂੰ ਛੱਡ ਦਿੱਤਾ ਉੱਥੋਂ ਅੱਗੇ ਚੱਲ ਪੈ ਸਿਛਾ ਦੇਨ ਜੇ ਨਰ ਦੁੱਖ ਪਾਏ ਐਸੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਉਹਨਾਂ ਲੋਕਾਂ ਨੂੰ ਸੋਭ ਸਿੱਖਿਆ ਦੇਣ ਵਾਸਤੇ ਜਿਹੜੇ ਪਾਪਾਂ ਦੇ ਵਿੱਚ ਵਿਕਾਰਾਂ ਦੇ ਵਿੱਚ ਲੱਗੇ ਹੋਏ ਦੁੱਖ ਭੋਗ ਰਹੇ ਹਨ ਸੋ ਸਾਧ ਸੰਗਤ ਜੀ ਸਤਿਗੁਰੂ ਗਰੀਬਨਵਾਜ਼ ਪਾਤਸ਼ਾਹ ਮਹਾਰਾਜ ਐਸੇ ਡਾਕਟਰ ਹਨ ਜੋ ਸਾਰੀਆਂ ਬਿਮਾਰੀਆਂ ਦਾ ਇਲਾਜ ਕਰਦੇ ਸੰਸਾਰੀ ਡਾਕਟਰ ਕੋਈ ਹੱਡੀਆਂ ਦਾ ਹੁੰਦਾ ਹੈ ਕੋਈ ਅੱਖਾਂ ਦਾ ਕੋਈ ਪੇਟ ਦਾ ਕੋਈ ਕਿਸੇ ਦਾ ਕੋਈ ਇਸੇ ਪ੍ਰਕਾਰ ਮਨੋਵਿਗਿਆਨੀ ਚਿਕਿਤਸਕ ਹੁੰਦੇ ਆ ਡਾਕਟਰ ਹੁੰਦੇ ਆ ਕਿਉਂਕਿ ਮਨ ਵੀ ਰੋਗੀ ਹੈ ਸਰੀਰ ਵੀ ਰੋਗੀ ਹੈ ਸਰੀਰ ਦੇ ਕਿਹੜੇ ਕਿਹੜੇ ਅੰਗ ਆਡਾ ਡੋਨਾ ਦੇ ਮਾਹਰ ਹੁੰਦੇ ਆ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਰੀਰਕ ਰੋਗਾਂ ਦੇ ਵੀ ਮਾਹਰ ਹਨ ਕਿੰਨੇ ਰੋਗੀਆਂ ਦੇ ਰੋਗ ਖੰਡੇ ਸੱਚੇ ਪਾਤਸ਼ਾਹ ਨੇ ਕੋੜੀਆਂ ਦੇ ਕੋੜ ਹਟਾ ਦਿੱਤੇ ਮਨੋਵਿਗਿਆਨੀ ਸੱਚੇ ਪਾਤਸ਼ਾਹ ਡੇ ਵੱਡੇ ਜਿਹੜੇ ਮਨ ਚੰਚਲ ਕਰਕੇ ਵਿਕਾਰ ਭੋਗਦੇ ਸੀਗੇ ਉਹਨਾਂ ਦੇ ਮਨਾਂ ਨੂੰ ਸੁੱਧ ਕਰ ਦਿੱਤਾ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਦੁਨੀਆ ਤੇ ਪਹਿਲੀ ਮਿਸਾਲ ਹੈ ਬਿਮਾਰ ਲੋਕ ਡਾਕਟਰ ਦੇ ਕੋਲ ਚੱਲ ਕੇ ਜਾਂਦੇ ਹਸਪਤਾਲ ਜਾਂਦੇ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵਿਸ਼ਵ ਦੇ ਪਹਿਲੇ ਹਸਪਤਾਲ ਹੋਏ ਪਹਿਲੇ ਡਾਕਟਰ ਹੋਏ ਆ ਜਿਹੜੇ ਆਪ ਮਰੀਜ਼ਾਂ ਕੋਲ ਚੱਲ ਕੇ ਜਾਂਦੇ ਹਨ ਸਿਆਲਕੋਟ ਵਿੱਚ ਤਾਰ ਕੇ ਮੂਲੇ ਖत्री ਨੂੰ ਨਾਲ ਲੈ ਕੇ ਤੇ ਅੱਗੇ ਬਿਮਾਰਾਂ ਦਾ ਇਲਾਜ ਕਰਨ ਵਾਸਤੇ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਚੱਲ ਪਏ ਇਕ ਨਗਰ ਮਹਿ ਵੈਸੇ ਜਾਏ ਇਕ ਨਗਰ ਦੇ ਵਿੱਚ ਸਤਿਗੁਰ ਗਰੀਬ ਨਵਾਜ਼ ਜੀ ਪਹੁੰਚ ਗਏ ਜਹਾਂ ਕਨੇਰੇ ਤੁਰਕ ਰਹਾਏ ਉਹ ਸਾਰਾ ਨਗਰ ਜਿਹੜਾ ਨਾ ਸਮਝੋ ਮੁਸਲਮਾਨਾਂ ਦਾ ਤੁਰਕਾਂ ਦਾ ਹੀ ਹੈ ਬਹੁਤਾ ਕਰਕੇ ਤੁਰਕ ਹੀ ਰਹਿੰਦੇ ਹਨ ਚੰਦ ਰਾਤ ਥੇ ਤੇ ਸਦਨ ਮਹਿ ਇਹ ਜਦ ਸੱਚੇ ਬਾਦਸ਼ਾਹ ਮਹਾਰਾਜ ਪਹੁੰਚੇ ਨਾ ਉਥੇ ਉਹ ਦਿਨ ਦੂਜ ਦੇ ਚੰਦਰਮਾ ਦੀ ਰਾਤ ਸੀਗੀ ਕਿਉਂਕਿ ਮੁਸਲਮਾਨ ਜਿਹੜੇ ਐ ਦੂਜੇ ਚੰਦਰਮਾ ਨੂੰ ਬਹੁਤ ਚੰਗਾ ਸਮਝਦੇ ਚੰਗਾ ਮੰਨਦੇ ਹਨ ਤੇ ਉਹਦਨ ਦੂਜ ਦੇ ਚੰਦਰਮਾ ਦਾ ਦਿਨ ਸੀਗਾ ਰਾਤ ਸੀਗੀ ਬਾਹ ਨਾਰ ਕੋਪਹਾ ਮੇਲ ਤਹ ਹੈ ਤੇ ਬਹੁਤ ਲੋਕ ਉਸ ਰਾਤ ਨੂੰ ਇਕੱਠੇ ਹੋਏ ਹੋਏ ਇੱਕ ਜਗਾ ਤੇ ਭੇਰ ਵਿਸ਼ਾਲ ਭਏ ਇਕ ਥਾਈ ਇਕ ਜਗਾ ਤੇ ਬਹੁਤ ਲੋਕ ਇਕੱਠੇ ਹੋਏ ਹੋਏ ਹਨ ਲੈ ਸ਼ਿਰ ਨੇ ਮਨੁਜ ਚੜਾਏ ਅਤੇ ਪ੍ਰਸ਼ਾਦ ਲਿਆਉਂਦੇ ਲੋਕ ਮਠਿਆਈਆਂ ਲਿਆਉਂਦੇ ਆਂ ਹੋਰ ਪ੍ਰਸ਼ਾਦ ਬਣਾ ਬਣਾ ਕੇ ਲਿਆਉਂਦੇ ਆਂ ਅਤੇ ਉੱਥੇ ਲਿਆ ਕੇ ਭੇਟਾ ਕਰਦੇ ਐ ਇੱਕ ਫਕੀਰ ਦੰਭੇ ਤਹ ਰਹੇ ਜਿੱਥੇ ਲੋਕਾਂ ਦਾ ਇਕੱਠ ਹੋਇਆ ਹੋਇਆ ਹੈ ਨਾ ਉਹ ਇਕੱਠ ਦਾ ਮੂਲ ਕਾਰਨ ਇਹ ਹੈ ਕਿ ਉੱਥੇ ਇੱਕ ਦੰਬੀ ਪਖੰਡੀ ਫਕੀਰ ਆਪਣੇ ਆਪ ਨੂੰ ਕਹਾਉਣ ਵਾਲਾ ਰਹਿੰਦਾ ਹੈ ਸਭ ਲੋਕਨ ਸੋ ਇਸ ਬੇਦ ਕਹੇ ਹ ਅਤੇ ਜਿੰਨੇ ਵੀ ਲੋਕ ਆਉਂਦੇ ਉੱਥੇ ਉਹਨਾਂ ਨੂੰ ਇਹ ਫਕੀਰ ਐਉਂ ਕਹਿੰਦਾ ਹੈ ਦੋਹਰਾ ਦੂਜ ਚਾਂਦ ਕੇ ਰਾਤ ਕੋ ਸ਼ਵ ਆਵੇ ਮੁਝ ਪਾਸ ਉਹ ਕੀ ਕਹਿੰਦਾ ਤੇ ਜਦ ਦੂਜ ਦੇ ਚੰ드ਰਮਾ ਦੀ ਰਾਤ ਹੁੰਦੀ ਹੈ ਨਾ ਤੇ ਉਸ ਵੇਲੇ ਮੇਰਾ ਸ਼ਵ ਮੇਰਾ ਮਾਲਕ ਅੱਲਾ ਤਾਲਾ ਜਿਹੜਾ ਹੈ ਉਹ ਮੇਰੇ ਪਾਸ ਆਉਂਦਾ ਹੈ ਤੇਹ ਦਰ ਦੁੰਦਵ ਨੌਬਤਾਂ ਬਾਜਤ ਹੋਤ ਹੁਲਾਸ ਸਾਰੀ ਰਾਤ ਮੈਂ ਆਪਣੇ ਖੁਦਾ ਦੇ ਨਾਲ ਬਤੀਤ ਕਰਦਾ ਇਸੇ ਖੁਸ਼ੀ ਦੇ ਵਿੱਚ ਹਰ ਮਹੀਨੇ ਜਦ ਦੂਜ ਦਾ ਚੰ드ਰਮਾ ਦੀ ਰਾਤ ਹੁੰਦੀ ਹੈ ਤੇ ਉਹਦੇ ਮੇਲਾ ਲੱਗਦਾ ਹੈ ਮਹੀਨੇ ਬਾਅਦ ਬੜੀਆਂ ਨੌਬਤਾਂ ਬਾਈ ਦੀਆਂ بڑے ਨਗਾਰੇ বাজਦੇ بڑے ਬਾਜੇਗਾ ਜੇ ਰੌਣਕਾਂ ਲੱਗਦੀਆਂ ਹਨ ਛਾਪੈ ਰੋਚਰ ਪੋਸ਼ਪਕੇ ਸੇਜ ਵਿਛਾਵੈ ਉਹ ਕੀ ਕਰਦਾ ਹੈ ਕਮਰਾ ਇੱਕ ਬੜਾ ਸੋਹਣਾ ਬਣਾਇਆ ਹੋਇਆ ਹੈ ਕਮਰੇ ਤੋਂ ਅੱਗੇ ਕਮਰਾ ਪਿੱਛੇ ਜਾ ਕੇ ਤਿੰਨ ਚਾਰ ਕਮਰਿਆਂ ਤੋਂ ਉੱਥੇ ਇੱਕ ਸੇਜਾ ਉਸਨੇ ਆਪਣਾ ਪਲੰਗ ਵਿਛਾਇਆ ਹੋਇਆ ਹੈ ਉਹਦੇ ਉੱਤੇ ਬੜੇ ਬੜੇ ਸੋਹਣੇ ਸੁਗੰਧੀ ਵਾਲੇ ਫੁੱਲ ਜਿਹੜੇ ਹੈ گلاب ਦੀਆਂ ਪਤੀਆਂ ਆਦਿਕ ਵਿਛਾਉਂਦਾ ਸੇਜਾ ਬਣਾਉਂਦਾ ਹੈ ਵੀ ਇੱਥੇ ਮੇਰਾ ਸ਼ੌ ਆਉਂਦਾ ਹੈ ਮੇਰਾ ਖੁਦਾ ਆਉਂਦਾ ਹੈ ਤੇ ਉਹ ਇੱਥੇ ਆਣ ਕੇ ਬਿਸਰਾਮ ਕਰਦਾ ਮੈਂ ਰਾਤ ਉਹਦੀ ਸੇਵਾ ਵਿੱਚ ਲੱਗਾ ਰਹਿਣਾ ਇਹ ਪਖੰਡੋ ਉਸਨੇ ਰਚਿਆ ਨਿਜ ਆਵਾਸ ਬਹੁ ਦੀਪ ਜਗਾਵ ਅਤੇ ਉਸ ਰਾਤ ਨੂੰ ਆਪਣੇ ਘਰ ਦੇ ਵਿੱਚ ਬੜੀ ਦੀਪ ਮਾਲਾ ਕਰਦਾ ਕਿ ਉਹਦੇ ਦੀਵੇ ਜਗਾਉਂਦਾ ਜਗਾ ਜਗਾ ਤੇ ਸ਼ਾਹ ਸੁਹਾਗਣ ਨਾਮ ਤਰਾਇਓ ਐਸਾ ਮੂਰਖ ਬਖੰਡੀ ਉਹਨੇ ਆਪਣਾ ਨਾਮ ਹੀ ਸ਼ੋ ਸੁਹਾਗਣ ਰਖਾ ਲਿਆ ਈਮਾ ਸੁਹਾਗਣੋ ਸ਼ੌ ਦੀ ਉਸ ਖੁਦਾ ਦੀ ਅੱਲਾਹ ਤਾਲਾ ਦੀ ਮੈਂ ਬੇਗਮਾ ਸਾਭ ਲੋਕਨਮਹਿ ਮਾਨ ਬਧਾਇਓ ਐਸ ਤਰ੍ਹਾਂ ਲੋਕਾਂ ਦੇ ਵਿੱਚ ਬਹੁਤ ਆਪਣਾ ਮਾਣ ਸਤਿਕਾਰ ਕਰਵਾਉਂਦਾ ਹੈ ਪਖੰਡ ਕਰਕੇ ਮਨੋਜ ਸ਼ੇਰ ਨੇ ਤਿਸ ਦਿਨ ਲਿਆਵੈ ਮੜੇ ਲੋਕ ਇਕੱਠੇ ਹੋ ਕੇ ਪ੍ਰਸ਼ਾਦ ਲਿਆ ਕੇ ਚੜਾਉਂਦੇ ਹਨ ਹੋਏ ਦਿਨ ਮਨ ਸਿਸ ਨਿਵਾਵੈ ਤੇ ਬੜੇ ਨਿਮਰਤਾ ਦੇ ਨਾਲ ਇਹ ਲੋਕ ਜਿਹੜੇ ਆ ਉਹ ਸ਼ੌ ਸੁਹਾਗਣ ਸਾਧ ਨੂੰ ਫਕੀਰ ਨੂੰ ਜਾਂ ਪਖੰਡੀ ਨੂੰ ਕਹਿ ਲਈਏ ਪਖੰਡੀ ਹੈ ਮੱਥਾ ਠੇਕਦੇ ਆ ਅੰਤਰ ਜਾਨ ਦੇ ਨਾਹ ਕਿਸ ਕੋ ਤੇ ਜਿੱਥੇ ਉਹ ਪਲੰਗਾ ਉਹਨੇ ਢਾਇਆ ਹੋਇਆ ਜਿੱਥੇ ਕਹਿੰਦਾ ਵੀ ਮੇਰਾ ਖੁਦਾ ਆਉਂਦਾ ਮੇਰੇ ਨਾਲ ਰਹਿੰਦਾ ਹੈ ਉਥੇ ਕਿਸੇ ਨੂੰ ਜਾਣ ਨਹੀਂ ਦਿੰਦਾ ਵੇਖਣ ਨਹੀਂ ਦਿੰਦਾ ਹੈ ਦਰ ਪਰ ਬੰਧਨ ਕਰਹਿ ਤਿਸਕੋ ਦਰਵਾਜ਼ੇ ਤੇ ਲੋਕ ਉਹਨੂੰ ਮੱਥਾ ਟੇਕਦੇ ਚੜਾਵਾ ਚੜਾਉਂਦੇ ਅੰਦਰ ਨਹੀਂ ਕਿਸੇ ਨੂੰ ਜਾਣ ਦਿੰਦਾ ਪਹਿਰੇ ਲਾਏ ਹੋਏ ਹਨ ਬੜੇ ਨਿਸ਼ਾਨ ਗੜੇ ਦਰ ਨੇਰੇ ਤੇ ਦਰਵਾਜ਼ੇ ਤੇ ਬੜੇ ਬੜੇ ਝੰਡੇ ਝੁਲਦੇ ਆ ਜਿਹੜੇ ਦੂਰ ਤੋਂ ਪਤਾ ਲੱਗਦਾ ਹੈ ਇਹ ਸ਼ੋ ਸੁਹਾਗਣ ਦਾ ਡੇਰਾ ਹੈ ਜੈ ਕਹ ਹੋਤ ਉਛਾ ਬਧੇਰੇ ਜਿੱਥੇ ਕਿਥੇ ਹਰ ਮਹੀਨੇ ਦੇ ਦੂਜ ਦੀ ਰਾਤ ਨੂੰ ਬਹੁਤ ਖੁਸ਼ੀਆਂ ਮਨਾਇਆਂ ਜਾਂਦੀਆਂ ਲੋਕ ਇਕੱਠੇ ਹੋ ਕੇ ਆਣ ਕੇ ਖੁਸ਼ੀਆਂ ਮਨਾਉਂਦੇ ਹਨ ਅੰਗਨਾ ਕੇ ਸ਼ਿੰਗਾਰ ਕਰ ਸਾਰੇ ਇਸ ਤਰ੍ਹਾਂ ਸੰਗਤ ਜੀ ਇਹ ਜਿਹੜਾ ਫਕੀਰ ਆਪਣੇ ਆਪ ਨੂੰ ਕਹਾਉਂਦਾ ਨਾ ਪਖੰਡੀ ਇਹ ਸੁਹਾਗਣਾ ਵਾਲੇ ਕੱਪੜੇ ਪਾ ਲੈਂਦਾ ਇਸਤਰੀਆਂ ਵਾਲੇ ਬੈਠ ਹੈ ਦੁਰ ਕੈ ਤੋਸ਼ਨ ਤਾਰੇ ਅਤੇ ਅੰਦਰ ਲੋਕ ਗਏ ਪਲੰਗ ਤੇ ਬੈਠ ਜਾਂਦਾ ਚੁੱਪ ਕਰਕੇ ਸਾਰੀ ਰਾਤ ਦੋਹਰਾ ਪੁੰਜ ਮਨੋਜ ਹੋਏ ਤਾਹ ਬਾਜੇ ਬਜਹੇ ਅਪਾਰ ਇਹ ਵਾਰ ਲੋਕਾਂ ਦਾ ਵੱਡਾ ਭਾਰੀ ਇਕੱਠ ਹੋ ਜਾਂਦਾ ਹੈ ਬਾਜੇ ਗਾਜੇ ਵੱਜਦੇ ਨੋਬਤਾਂ ਵੱਜਦੀਆਂ ਹਨ ਡੇਰਾ ਕਿਨਾ ਪ੍ਰਭੂ ਤਵ ਇਕ ਤੇ ਅਬਰਧ ਅਗਾਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਵੀ ਉੱਥੇ ਚਲੇ ਗਏ ਕਿਉਂਕਿ ਸਾਧ ਸੰਗਤ ਜੀ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੇਰੇ ਇੱਕ ਉਹਨਾਂ ਦਾ ਨਾਮ ਗਰਭ ਪ੍ਰਹਾਰੀ ਵੀ ਹੈ ਸਾਰੇ ਨਾਮ ਹੀ ਗੁਰੂ ਨਾਨਕ ਸਾਹਿਬ ਦੇ ਜਿਹੜਾ ਵੀ ਕੋਈ ਨਾਮ ਲੈ ਲੇ ਜਿਹੜਾ ਵੀ ਦੁੱਖ ਕਿਸੇ ਦਾ ਦੂਰ ਹੋਇਆ ਉਹੀ ਨਾਮ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਇੱਕ ਗੁਰੂ ਨਾਨਕ ਸਾਹਿਬ ਜੀ ਨੂੰ ਗਰਭ ਪ੍ਰਹਾਰੀ ਵੱਡਿਆ-ਵੱਡਿਆਂ ਦੇ ਗਰਭ ਹੰਕਾਰ ਚੂਰ ਕਰਨ ਵਾਲੇ ਗੁਰੂ ਨਾਨਕ ਸਾਹਿਬ ਇਹ ਪਖੰਡੀ ਦਾ ਪਖੰਡ ਦੂਰ ਕਰਨ ਦਾ ਹੰਕਾਰ ਤੋੜਨ ਵਾਸਤੇ ਗਰੀਬ ਨਿਵਾਜ਼ ਪਾਤਸ਼ਾਹ ਮਹਾਰਾਜ ਇਹ ਸਾਧ ਦੇ ਪਿੰਡ ਚਲੇ ਗਏ ਮੁਸਲਮਾਨਾਂ ਦਾ ਨਗਰ ਸੀ ਤੈਨੂੰ ਬਾਪੂਏ ਦੇ ਬਾਹਰ ਕਾਕਾ ਕੋਲ ਜਾ ਬਰਸ਼ਾ ਲੈ ਕੇ ਅੰਦਰ ਹੈ ਨਾ ਦੋ ਬੀਟੀਆਂ ਕੋਲ ਬਾਹਰਲੇ ਪਾਸੇ ਕੋਲ ਜਾ ਭਲਾ ਹੋਵੇ ਤੇ ਤੇ ਇੱਕ ਬਿਰਧ ਮਾਈ ਦੇ ਘਰੇ ਚਲੇ ਗਏ ਸੱਚੇ ਬਾਦਸ਼ਾਹ ਮਹਾਰਾਜ ਇਹਦਾ ਪਖੰਡ ਦੂਰ ਕਰਨ ਵਾਸਤੇ ਜਾਪਈ ਅੰਤਰ ਜਾਮੀ ਸਭ ਵਿਧ ਜਾਣੇ ਕਿਉਂਕਿ ਸਤਿਗੁਰੂ ਜੀ ਅੰਤਰ ਜਾਮੀ ਆ ਉਹਨਾਂ ਨੂੰ ਪਤਾ ਹੈ ਵੀ ਇਹ ਕੀ ਪਖੰਡ ਕਰਦਾ ਹੈ ਤੇ ਹਤੇ ਅਸਾਂ ਬੋਲੇ ਆਸ ਬਾਨੀ ਉਹ ਜੜੀ ਇਸਤਰੀ ਬਜ਼ੁਰਗ ਸੀ ਜਿਹਦੇ ਘਰ ਸੱਚੇ ਬਾਦਸ਼ਾਹ ਮਹਾਰਾਜ ਗਏ ਉਹਨੂੰ ਕਹਿਣ ਲੱਗੇ ਫੁਰ ਕੇ ਬਖਾ ਹੋਤ ਕਸ ਸ਼ੋਰਾ ਕਹਿਣ ਲੱਗੇ ਵੀ ਬਾ ਮਾਤਾ ਪਈਆ ਤੇਰੇ ਨਗਰ ਵਿੱਚ ਰੌਲਾ ਕਾਦਾ ਪੈਂਦਾ ਹੈ ਬਰੰਦ ਮਨੋਜ ਹੋਏ ਇਕਠੌਰਾ ਤੇਬੜੇ ਲੋਕਾਂ ਦਾ ਇਕੱਠ ਹੋਇਆ ਹੋਇਆ ਇਕੱਠੇ ਹੋ ਕੇ ਲੋਕ ਰੌਲਾ ਪਾਉਂਦੇ ਨੱਚਦੇ ਗਾਉਂਦੇ ਹੱਸਦੇ ਖੁਸ਼ੀਆਂ ਮਨਾਉਂਦੇ ਐ ਇਹ ਕਾਦਾ ਮਜਮਾ ਲੱਗਾ ਹੋਇਆ ਕਹਤੀਆ ਇਕ ਰਹਾ ਫਕੀਰ ਉਹ ਮਾਤਾ ਬਿਰਧ ਕਹਿਣ ਲੱਗੀ ਸੰਤ ਜੀ ਇਥੇ ਇੱਕ ਫਕੀਰ ਰਹਿੰਦਾ ਹੈ ਤਿਹ ਦਰ ਮਾਨਵ ਕੇ ਬਹ ਪੇਰ ਯੋ ਫਕੀਰ ਦੇ ਨਾ ਕਰੇ ਤੇ ਲੋਕਾਂ ਦਾ ਇਕੱਠ ਹੋਇਆ ਹੋਇਆ ਆਜ ਆਨੰਦ ਅਧਿਕ ਤਿਹ ਧਮ ਮਹਾਰਾਜ ਅਜ ਉਹਦੇ ਘਰੇ ਖੁਸ਼ੀਆਂ ਦਾ ਸਮਾਂ ਹੈ ਸ਼ਾਹ ਸੁਹਾਗਣ ਜਿਸ ਕੋ ਨਮ ਤੇ ਉਹ ਜਿਹੜਾ ਫਕੀਰ ਹੈ ਉਹਨੇ ਮਹਾਰਾਜ ਆਪ ਦਾ ਨਾਂ ਸ਼ੋ ਸੁਹਾਗਣ ਰਖਾਇਆ ਹੋਇਆ ਹੈ ਸ਼੍ਰੀ ਨਾਨਕ ਸੁਨ ਕੈ ਮੁਸਕਾਨੇ ਇਹ ਬਚਨ ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਬਿਰਧ ਮਾਤਾ ਦੇ ਸੁਣੇ ਤੇ ਮੁਸਕਰਾਏ ਕਹਾਂ ਚਲੋ ਦੇਖਾਂ ਹੈ ਮਰਦਾਨੇ ਮਰੀਬਨ ਆਵਾਜ਼ ਕਹਿਣ ਲੱਗੇ ਭਾਈ ਮਰਦਾਨਿਆ ਬਾਲਿਆ ਚਲੋ ਭੀ ਚੱਲ ਗਈ ਆ ਕਿਹੜੀ ਨਵੀਂ ਸ਼ੋਹ ਸੁਹਾਗਣ ਪ੍ਰਗਟ ਹੋਈ ਆ ਚੱਲ ਕੇ ਕੌਤਕਦੇ ਵੇਖ ਕੇ ਆਈਏ ਉਸ ਦਾ ਹਮ ਕੋ ਸੰਗ ਲੈਣ ਜਗ ਸਾਈਂ ਬਾਬਾ ਬਾਲਾ ਜੀ ਕਹਿੰਦੇ ਸੱਚੇ ਬਾਦਸ਼ਾਹ ਗੁਰੂ ਅੰਗਦ ਸਾਹਿਬ ਗਰੀਬਨਵਾਦ ਜੀ ਮੈਨੂੰ ਨਾਲ ਲੈ ਲਿਆ ਭਾਈ ਮਰਦਾਨੇ ਨੂੰ ਲੈ ਲਿਆ ਸੱਚੇ ਬਾਦਸ਼ਾਹ ਜੀ ਨੇ ਤੇ ਚੱਲ ਪੈ ਪਹੁੰਚਦ ਪਾਏ ਜਾਏ ਤੇ ਹਥਾਏ ਅਦਿਓ ਸ਼ੋਹ ਸੁਹਾਗਣ ਦੇ ਡੇਰੇ ਪਹੁੰਚ ਗਏ ਦੋਹਰਾ ਦਰ ਆਗੇ ਹਵੇ ਠੰਡ ਤਬ ਦੇਖੇ ਭੀਰ ਅਪਾਰ ਰੀਵਨਵਾਜ ਪਾਤਸ਼ਾਹ ਮਹਾਰਾਜ ਉਹਦੇ ਦਰਵਾਜੇ ਤੇ ਪਹੁੰਚੇ ਦੇਖਿਆ ਬਹੁਤ ਲੋਕਾਂ ਦਾ ਇਕੱਠ ਹੋਇਆ ਹੋਇਆ ਭੀੜ ਲੱਗੀ ਹੋਈ ਐ ਅੰਤਾਰ ਪਰਵੇਸ਼ਾ ਕੋ ਨਹੀਂ ਕਰੈ ਤਾਹ ਨਮਸਕਾਰ ਉਹਦੇ ਬੇੜੇ ਦੇ ਵਿੱਚ ਬਾਹਰ ਲੋਕ ਇਕੱਠੇ ਹੋਏ ਹੋਏ ਐ ਜਿਹੜਾ ਉਹਦਾ ਕਮਰਾ ਬਣਿਆ ਹੋਇਆ ਖਾਸ ਸਜਾਵਟ ਨਾਲ ਤਿਆਰ ਕੀਤਾ ਹੋਇਆ ਐ ਉਥੇ ਕਿਸੇ ਨੂੰ ਨਹੀਂ ਜਾਣ ਦਿੰਦਾ ਜਿੰਨੇ ਵੀ ਲੋਕ ਜਾਂਦੇ ਐ ਉਹਦੇ ਦਰਾਂ ਤੇ ਦਰਵਾਜੇ ਤੇ ਉਹਨੂੰ ਮੱਥਾ ਟੇਕ ਕੇ ਪੁੱਠੇ ਮੋੜਾਉਂਦੇ ਹਨ ਚਾਉ ਪਈ ਅੰਤਰ ਜਾਣ ਲਗੇ ਸ੍ਰੀ ਪ੍ਰਭ ਜਬ ਧੰਨ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਮਹਾਰਾਜ ਜਦ ਅੰਦਰ ਜਾਣ ਲਗੇ ਜੇ ਦਰਵਾਨ ਕਹਿ ਬਾਜ ਤਿਨ ਤਬ ਉਹ ਜਿਹੜੇ ਪਹਿਰੇਦਾਰ ਸੀ ਨਾ ਅੱਗੇ ਸ਼ੌ ਸੁਹਾਗਣ ਪਖੰਡੀ ਦੇ ਖਲੋਤੇ ਹੋਏ ਔਰ ਸਤਿਗੁਰੂ ਗਰੀਬ ਨਵਾਜ਼ ਮਹਾਰਾਜ ਨੂੰ ਰੋਕ ਕੇ ਕਹਿਣ ਲੱਗੇ ਅੰਤਰ ਹੁਕਮ ਜਾਣ ਕਉ ਨਾਹੀ اے ਭਈ ਸੰਤ ਜੀ ਸਾਡੇ ਗੁਰੂ ਦਾ ਅੰਦਰ ਜਾਣ ਦਾ ਹੁਕਮ ਨਹੀਂ ਹੈ ਦਰਪੁਰ ਇਸ਼ਾਰਤ ਕਰ ਮੁਰ ਜਾਹੇ ਤੇ ਤੁਸੀਂ ਨਾ ਇਸ ਤਰ੍ਹਾਂ ਕਰੋ ਇੱਥੋਂ ਦਰਵਾਜ਼ੇ ਤੋਂ ਹੀ ਮੱਥਾ ਟੇਕ ਲਓ ਤੁਹਾਡੀ ਯਾਤਰਾ ਪੂਰੀ ਹੋ ਜਾਵੇਗੀ ਇਥੋਂ ਯਾਤਰਾ ਕਰਕੇ ਵਾਪਸ ਚਲੇ ਜਾਵ ਗੁਰੂ ਕਹੈ ਤੈਹ ਕੋ ਸੋਧ ਦਿਜੈ ਗ੍ਰੀਵਨਵਾਜ ਕਹਿਣ ਲੱਗੇ ਵੀ ਐ ਕਿਉਂ ਕਰਦੇ ਹੋ ਉਹ ਜਿਹੜਾ ਤੁਹਾਡਾ ਸੰਤ ਹੈ ਫਕੀਰ ਹੈ ਉਹਨੂੰ ਖਬਰ ਤਾਂ ਕਰੋ ਦੱਸੋ ਕੋ ਤੁਹਾਨੂੰ ਮਿਲਣ ਵਾਲੇ ਆਏ ਆਂ ਦਰ ਠਾਂਡੇ ਦਰਵੇਸ਼ ਲਖੇ ਜੈ ਇਹ ਕਹਿ ਦੇਵੋ ਜਾ ਕੇ ਕਿ ਸ਼ੌ ਸੁਹਾਗਣ ਤੇਰੇ ਦਰਵਾਜੇ ਤੇ ਫਕੀਰ ਆਏ ਨੇ ਤੈਨੂੰ ਮਿਲਣਾ ਚਾਹੁੰਦੇ ਹਨ ਥੋਮ ਦਰਸ਼ਨ ਕੀ ਹੈ ਚਿਤ ਚਾਹੇ ਤੇ ਤੇਰੇ ਦਰਸ਼ਨਾਂ ਦੀ ਉਹ ਜਿਹੜੇ ਫਕੀਰ ਆਏ ਉਹਨਾਂ ਨੂੰ ਬੜੀ ਇੱਛਾ ਹੈ ਆਇਸ ਹੋਏ ਤਾਂ ਆਵਹਿ ਪਾਹੇ ਤੇ ਜੇ ਹੁਕਮ ਹੋਵੇ ਸ਼ੋ ਸੁਹਾਗਣ ਫਕੀਰ ਦਾ ਤੇ ਸਾਨੂੰ ਆਣ ਕੇ ਕਹੋ ਭਈ ਅਸੀਂ ਵੀ ਦਰਸ਼ਨ ਕਰ ਲਈਏ ਸ਼ੋ ਸੁਹਾਗਣ ਦੇ ਠਾਂਡੇ ਹੋਏ ਦੂਰ ਦਰਵਾਨ ਉਖਲੋਤੇ ਹੋਏ ਪਹਿਰੇਦਾਰ ਦਰਵਾਜ਼ੇ ਤੇ ਜਾਇ ਤਾਹੇ ਸੋ ਬਜਨ ਬਖਨ ਉਹਨਾਂ ਵਿੱਚੋਂ ਇੱਕ ਦਰਵਾਨ ਗਿਆ ਅੰਦਰ ਤੇ ਜਾ ਕੇ ਸ਼ੋ ਸੁਹਾਗਣ ਨਾਮ ਦੇ ਬਖੰਡੀ ਨੂੰ ਕਹਿਣ ਲੱਗਾ ਦਰ ਦਰਵੇਸ਼ ਤੁਮਾਰੇ ਆਏ ਕਿ ਫਕੀਰ ਜੀ ਸੰਤ ਜੀ ਬਾਹਰ ਸਾਧੂ ਆਏ ਹੋਏ ਐ ਮਿਲਨ ਚਾਹੇ 라ਵਰ ਅਧ ਕਾਏ ਤੇ ਉਹ ਮਹਾਰਾਜ ਤੁਹਾਨੂੰ ਮਿਲਣਾ ਚਾਹੁੰਦੇ ਹਨ ਜਾਓ ਆਬ ਆਇਸ ਹੋਏ ਤੁਮਾਰੇ ਜੇ ਤੁਹਾਡਾ ਹੁਕਮ ਹੋਵੇ ਕਰਹੈ ਜਾਰਤ ਆਏ ਅਗਾਰੇ ਤਾਂ ਫਿਰ ਉਹ ਅੰਦਰ ਆ ਕੇ ਕਮਰੇ ਦੇ ਵਿੱਚ ਤੁਹਾਡੇ ਪਾਸ ਤੁਹਾਨੂੰ ਮਿਲ ਲੈਣ ਤੇ ਉਹਨਾਂ ਦੀ ਯਾਤਰਾ ਪੂਰੀ ਹੋ ਜਾਵੇ ਇਹ ਉਹਨਾਂ ਨੇ ਸੁਨੇਹਾ ਭੇਜਿਆ ਹੈ ਪੁੱਤਰ ਦੇਨ ਪਖੰਡੇ ਗਾਢੇ ਆਹ ਕੋ ਜਿਹੜਾ ਪਖੰਡੀ ਸੀ ਨਾ ਸ਼ੌ ਸੁਹਾਗਣ ਆਪਣਾ ਨਾਂ ਰੱਖਿਆ ਹੋਇਆ ਹੈਗਾ ਉਹ ਜਵਾਬ ਦੇਣ ਲੱਗਾ ਪਹਿਰੇਦਾਰਾਂ ਨੂੰ ਬਰਜਾਹੋ ਦਰ ਪਰ ਰੱਖੋ ਠੰਡੇ ਨਾ ਬਈ ਨਾ ਰੋਕੇ ਰੱਖੋ ਕਿਸੇ ਨੂੰ ਅੰਦਰ ਨਹੀਂ ਆਉਣ ਦੇਣਾ ਹੈ ਆਜ ਹੋਤ ਮੋਜ ਸ਼ਾਹ ਕੋ ਦਰਸ਼ਨ ਲੱਗਾ ਜਿਹੜੀ ਅੱਜ ਦੀ ਰਾਤ ਐ ਨਾ ਦੂਜ ਦੀ ਰਾਤ ਇਹ ਰਾਤ ਨੂੰ ਮੇਰਾ ਖੁਦਾ ਮੇਰੇ ਪਾਸ ਆਉਂਦਾ ਹੈ ਉਹਦੇ ਮੈਨੂੰ ਦਰਸ਼ਨ ਹੁੰਦੇ ਐ ਨਹਿ ਅਵ ਲੋਕਾਂ ਕੇਸ ਏਕ ਤਿਸ ਬਿਨ ਤੇ ਮੈਂ ਏਕ ਆਪਣੇ ਖੁਦਾ ਤੋਂ ਬਿਨਾ ਅੱਜ ਦੀ ਰਾਤ ਕਿਸੇ ਨੂੰ ਨਹੀਂ ਮਿਲਣਾ ਹੈ ਸੋਨ ਦਰਵਾਨ ਸੋ ਆਏ ਬਖਾਨੇ ਇਹ ਪਖੰਡੀ ਦੀਆਂ ਗੱਲਾਂ ਨੂੰ ਸੁਣਿਆ ਪਹਿਰੇਦਾਰਾਂ ਨੇ ਤੇ ਆਣ ਕੇ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਕਹਿਣ ਲੱਗੇ ਬਿਗ ਸੇ ਪ੍ਰਾਪ ਤਵ ਦੰਭਨ ਹਾਨੇ ਕਿ ਉਹਨੇ ਨਹੀਂ ਜੀ ਅੱਜ ਦਰਸ਼ਨ ਦੇ ਨੇ ਉਹ ਤੇ ਅੱਜ ਆਪਣੇ ਖੁਦਾ ਦੇ ਨਾਲ ਹੀ ਰਾਤ ਬਤੀਤ ਕਰਦਾ ਤੇ ਉਹ ਸਾਡੇ ਮਹਾਂਪੁਰਖਾਂ ਨੇ ਅੱਜ ਦਰਸ਼ਨ ਨਹੀਂ ਦੇਣੇ ਏ ਵਜੇ ਸੋਲੇ ਗੱਲਾਂ ਸੁਣੀਆਂ ਗਰੀਬ ਨਵਾਜ਼ ਪਾਤਸ਼ਾਹ ਮਹਾਰਾਜ ਮੁਸਕੁਰਾਏ ਕਛੂ ਨਾ ਇਹ ਹਾ ਚਲੋ ਮਰਦਾਨ ਤੇ ਭਾਈ ਮਰਦਾਨੇ ਨੂੰ ਕਹਿਣ ਲੱਗੇ ਮਰਦਾਨਿਆਂ ਕੁਛ ਨਹੀਂ ਇਲਪੋਰਟ ਸੰਖੀਏ ਸਭ ਇਕੱਠੇ ਹੋਏ ਹੋਏ ਚਲੋ ਚੱਲ ਜੀ ਇੱਥੋਂ ਆਪਾਂ ਨੂੰ ਲੈਣ ਦੇਣ ਨੂੰ ਕੁਛ ਨਹੀਂ ਹੈ ਖੋਰ ਅਡੰਬਰ ਸਭ ਪਹਿਚਾਨ ਤੇ ਸੱਚੇ ਬਾਦਸ਼ਾਹ ਮਾਰ ਨੇ ਦੇਖ ਲਿਆ ਭਈ ਇਹਨੇ ਪਖੰਡ ਕੀ ਰਚਿਆ ਹੋਇਆ ਹੈ ਤੇ ਪਾਜ ਉਗੜ ਜਾਣਾ ਤੇ ਉਘੇੜਨਾ ਵੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਕਹਿਣ ਲੱਗੇ ਕੋਈ ਨਹੀਂ ਥੋੜਾ ਹੀ ਸਮਾਂ ਹੈ ਸਭ ਨੰਗਾ ਹੋ ਜਾਵੇਗਾ ਇਸ ਦਾ ਕਿਰਿਆਕਰਤੂਤ ਹੋਏ ਨਾਸ਼ਟ ਇਨ ਕਪੜ ਜੋ ਕਿਨ ਗ੍ਰੀਵਨਵਾਜ ਕਹਿਣ ਲੱਗੇ ਜਿਹੜਾ ਨੇ ਕਪੜ ਕੀਤਾ ਨਾ ਭਾਈ ਮਰਦਾਨਿਆ ਉਹ ਕਪੜ ਵੀ ਨੰਗਾ ਹੋ ਜਾਵੇਗਾ ਤੇ ਉਹ ਕਬੜ ਦੇ ਨੰਗਾ ਹੋਣ ਦੇ ਨਾਲ ਇਹਦਾ ਖਾਤਮਾ ਵੀ ਹੋ ਜਾਵੇਗਾ ਪਖੰਡੀ ਦਾ ਕਹਿ ਇਉ ਗਮਨੇ ਪਾਛਾ ਦੇਨ ਅਸ ਤਰਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਬਚਨ ਕਰਕੇ ਉਸ ਪਖੰਡੀ ਸਾਹ ਦੇ ਡੇਰੇ ਤੋਂ ਬਾਹਰ ਆ ਗਏ ਤਹ ਛੇਨ ਮੇਲੇ ਵਿੱਚ ਵਿਸਾਲਾ ਤੇ ਜੇ ਉਸ ਵੇ ਸਤਿਗੁਰੂ ਜੀ ਬਾਹਰ ਨਿਕਲੇ ਨਾ ਕਲਾ ਕੀ ਵਰਤਾਈ ਸਤਿਗੁਰਾਂ ਨੇ ਉਹ ਜਿਹੜਾ ਮੇਲਾ ਲੱਗਿਆ ਹੋਇਆ ਸੀ ਪਰੇ ਲੜਾਏ ਮਹਕਰਾਲਾ ਤੇ ਉਥੇ ਲੜਾਈ ਮਚ ਗਈ ਰੋਲਾ ਪੈ ਗਿਆ ਚਾਹ ਦੇਸ਼ ਮਹਿ ਚਮਕ ਹੈ ਸ਼ਮਸ਼ੇਰਾ ਚਾਰ ਚ ਫੇਰੇ ਲੋਕਾਂ ਨੇ ਤਲਵਾਰਾਂ ਧੂਲੀਆਂ ਦੇ ਮਾਂ ਭੈਣ ਦੀਆਂ ਗਾਲਾਂ ਇੱਕ ਦੇ ਜੇ ਨੂੰ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਧਰ ਪਰ ਸ਼ਰਾਣਤ ਗਿਰੇ ਘਨੇਰਾ ਤੇ ਧਰਤੀ ਤੇ ਲੋਈ ਲੋਉ ਖਿਲਰ ਗਿਆ ਐਸੀ ਲੜਾਈ ਭਿਆਨਕ ਹੋਈ ਕਟ ਕੇ ਤਗ ਹਾਵੇ ਮਰਤਕ ਪਰਹੀਂ ਤੇ ਕਈਆਂ ਦੇ ਸਿਰ ਧੜ ਨਾਲੋਂ ਵੱਖ ਹੋ ਗਏ ਕਈ ਲੋਥਾਂ ਗਿਰ ਗਈਆਂ ਮਰ ਗਏ ਬੰਦੇ ਉਥੇ ਕਾ ਹਯਲ ਘੂਮਤ ਫਿਰ ਰਹੇ ਤੇ ਕਈ ਫਟੜ ਹੋਏ ਹੋਏ ਐ ਘੂਮਦੇ ਫਿਰਦੇ ਬੇਸੁਰਤ ਹੋਏ ਹੋਏ ਸਟਾਨੀ ਸਹਾਰ ਸਕਦੇ ਦਰਦ ਨਹੀਂ ਸਹਾਰੀ ਜਾਂਦੀ ਚੀਕਾਂ ਮਾਰਦੇ ਐ ਕਈ ਬੇਹੋਸ਼ ਹੋ ਕੇ ਡਿੱਗੇ ਪਏ ਹਨ ਐਸੀ ਲੜਾਈ ਹੋਈ ਮਹਾਰਾਜ ਦੀ ਕਲਾ ਵਰਤ ਗਈ ਬਾਹਰ ਲੋਟ ਪਰੇ ਤੇ ਹਥਾਈ ਜੇ ਸੋਲੇ ਏ ਝਗੜਾ ਹੋ ਗਿਆ ਜੰਗ ਹੋ ਗਿਆ ਤੇ ਸ਼ਰਾਰਤੀ ਅਨਸਰ ਵੀ ਹੁੰਦੇ ਉਹਨਾਂ ਨੇ ਲੁੱਟ ਮਚਾਉਣੀ ਸ਼ੁਰੂ ਕਰ ਦਿੱਤੀ ਬਲੇਖ ਸੋਟ ਹੈ ਅਵਸਥ ਪਰਾਏ ਉਹ ਜਿਹੜੇ ਤਗੜੇ ਸੀ ਨਾ ਲੋਕ ਉਹਨਾਂ ਨੇ ਲੁੱਟਣਾ ਸ਼ੁਰੂ ਕਰ ਲਿਆ ਜਿਹੜੀ ਵੀ ਕੋਈ ਚੰਗੀ ਚੀਜ਼ ਲਵਦੀ ਆ ਉਹ ਲੁੱਟੀ ਜਾਂਦੇ ਹਨ ਜਹਾਂ ਦੰਭੇ ਕੋ ਸਦਨ ਸੁਹਾਵਨ ਉਹ ਜਿੱਥੇ ਮਕਾਨ ਬਣਾਇਆ ਹੋਇਆ ਸੀ ਕਮਰਾ ਸੋਹਣਾ ਸਜਾਇਆ ਹੋਇਆ ਇਸ ਦੰਭੀ ਪਖੰਡੀ ਨੇ ਨਰ ਪਹੁੰਚੇ ਤਹ ਹੈ ਅਵਸਥ ਲਿਆਵਨ ਜਿਹੜੇ ਇਹ ਤਾਕਤਵਰ ਜੋਰਾਵਰ ਸੀ ਉਹ ਲੈ ਕੇ ਹਥਿਆਰ ਤਉ ਪਖੰਡੀ ਸਾਹ ਦੇ ਅੰਦਰ ਜਾ ਵੜੇ ਸਰਬ ਸਮਾਜ ਹੋ ਤੋ ਤਿਸ ਕੇਰਾ ਉਹ ਜਿੰਨਾ ਵੀ ਉਹਦਾ ਸਮਾਜ ਸਮਾਨ ਉਥੇ ਪਿਆ ਹੋਇਆ ਸੀ ਲੋਟ ਲੈਣ ਤਬ ਹੈ ਬੈਨ ਦੇਰਾ ਤੇ ਉਹ ਸਾਰਾ ਲੁੱਟ ਲਿਆ ਕਿਉਂਕਿ ਪਖੰਡੀ ਤਾਂ ਹੈ ਜੇ ਸਾਹਿਬ ਹੋਏ ਵਾਲ ਸਾਹ ਸੰਗਤ ਜੀ ਦੀ ਉਥੇ ਲੜਾਈਆਂ ਹੁੰਦੀਆਂ ਉਥੇ ਲੁੱਟਾਂ ਕਿ ਸੁਟਾਂ ਹੁੰਦੀਆਂ ਇਹਦੇ ਸੱਚੇ ਬਾਦਸ਼ਾਹ ਨੇ ਕਲਾ ਵਰਤਾਈ ਪਖੰਡੀ ਦਾ ਪਾਸ ਯਾਹਰ ਕੀਤਾ ਮਾਰ ਮਾਰ ਕੇ ਸਭ ਲੋਕਾਂ ਦੇ ਸਾਮਾਨ ਖੋ ਲਿਆ ਤਕਤ ਤਸੇ ਨਰ ਪੌਰ ਅੰਧਾਰੇ ਉਬਰਾਂ ਦੇ ਕੋਸ਼ਿਕ ਜਿਹੜੇ ਤਾਕਤਵਰ ਲੋਕ ਸੀ ਨਾ ਲੁੱਟਣ ਵਾਲੇ ਬਾਹਰੋਂ ਡੇਰਾ ਲੁੱਟ ਗਏ ਤੇ ਇਹ ਸ਼ੋਹ ਸੁਹਾਗਣ ਦਾ ਪਖੰਡ ਨੂੰ ਮਾਰੇ ਨੰਗਾ ਕਰਾਉਣ ਲੱਗੇ ਇਹਦੇ ਅੰਦਰ ਜਾ ਵੜੇ ਮਾਂਛ ਪਰ ਬਾਲਾ ਇੱਕ ਸੁੰਦਾਰੇ ਤੇ ਅੱਗੇ ਕੀ ਵੇਖਿਆ ਸ਼ੋਹ ਸੁਹਾਗਣ ਵਾਲੇ ਦਾ ਇੱਕ ਜਨਾਨੀ ਬੜੀ ਸ਼ਿੰਗਾਰੀ ਹੋਈ ਐ ਤੇ ਦੇ ਮੰਜੇ ਦੇ ਉੱਤੇ ਪਈ ਹੋਈ ਐ 60 ਤੇ 7 ਕੇਲ ਕਰ ਐਸੇ ਤੇ ਇਹ ਸੋ ਸੁਹਾਗਣ ਖਾਉਣ ਵਾਲਾ ਉਹਦੇ ਨਾਲ ਗੰਦ ਖਾ ਰਿਹਾ ਹੈਗਾ ਬਹੁ ਕਾਮੇ ਨਰ ਕਰਤ ਸੋ ਜੈਸੇ ਜਿਸ ਤਰ੍ਹਾਂ ਕੋਈ ਬੜਾ ਲੰਪਟੀ ਕਾਮ ਦੇ ਵਿੱਚ ਕਾਮੀ ਪੁਰਸ਼ ਵਿਕਾਰ ਭੋਗਦਾ ਉਸ ਤੋਂ ਵੀ ਗ੍ਰਿਆ ਹੋਇਆ ਉਸ ਇਸਤਰੀ ਦੇ ਨਾਲ ਭੋਗ ਭੋਗਣ ਦਿਆ ਸੀ ਨਰ ਦੇਖਦ ਤਹ ਹੈ ਕੁਪਤ ਵਿਸ਼ੇਖ ਇਸ ਕਰਤੂਤ ਨੂੰ ਲੋਕਾਂ ਨੇ ਦੇਖਿਆ ਲੁੱਟਣ ਹੋਏ ਅੰਦਰ ਗਏ ਗਏ ਤੇ ਲੁੱਟਣ ਨੂੰ ਸੀਗੇ ਇਹ ਕੁਛ ਦੇਖ ਕੇ ਉਹਨਾਂ ਨੂੰ ਬੜਾ ਹੀ ਗੁੱਸਾ ਆ ਗਿਆ ਮਾਰੋ ਮਾਰ ਪਾਜ ਇਸੇ ਭੇਖਾ ਬੜ ਲੱਗੇ ਤੇ ਭੇਖੀ ਓਏ ਪਖੰਡੀ ਆ ਦੇਖੋ ਕੀ ਕਰਦਾ ਇਸਤਰੀ ਦੇ ਨਾਲ ਕੋ ਕਰਮ ਭੋਗ ਰਿਹਾ ਮਾਰੋ ਇਸ ਨੂੰ ਬੇਈਮਾਨ ਨੂੰ ਲਸ਼ਟਕ ਮਾਰ ਗਲੰਥ ਨਿਕਾਰਾ ਤੇ ਐਂਓ ਸਾਧ ਸੰਗਤ ਜੀ ਮਾਰ ਮਾਰ ਡਾਂਗਾ ਕਟ-ਕਟ ਬੇਸੁੱਧ ਕਰ ਦਿੱਤਾ ਉਪਰਾਂ ਤੇ ਜਿਵੇਂ ਤੋਰੀ ਫੜੀ ਦੀ ਐ ਲੜਕਾ ਕੇ ਗਲੋਂ ਚੱਕ ਕੇ ਬਾਹਰ ਲਿਆ ਕੇ ਸਿੜ ਦਿੱਤਾ ਉਸ ਨੂੰ ਲੋਟਲੇ ਹੋ ਕਹੈਂ ਜਿਤਕ ਪਸਾਰਾ ਤੇ ਜਿੰਨਾ ਵੀ ਉਹਦਾ ਡੰਡਾ ਡੇਰਾ ਸੀ ਉਹ ਇਸਤਰੀ ਜਿਹੜੀ ਸੀ ਵੈਸ਼ਿਆ ਉਹ ਤਾਂ ਭੱਜ ਗਈ ਦੌੜ ਗਈ ਜਾਨ ਬਚਾ ਕੇ ਇਹਨੂੰ ਕੁੱਟ ਮਾਰ ਕੇ ਬਾਹਰ ਸਿਟਿਆ ਅੱਧ ਮੋਇਆ ਕਰਕੇ ਸਮਾਨ ਇਹਦਾ ਸਾਰਾ ਲੁੱਟ ਕੇ ਲੈ ਗਏ ਦੋਹਰਾ ਜੜ ਚੇਤਨ ਜਗ ਈਸ਼ਕੇ ਕਰੇ ਅਵਗਿਆ ਜਾਹੇ ਸਾਧ ਸੰਗਤ ਜੀ ਜਿੱਥੇ ਵੀ ਕਿੱਥੇ ਉਸ ਕਰਤੇ ਦੀ ਕੋਈ ਅਵਗਿਆ ਕਰਦਾ ਹੈ ਗੁਨਾਹ ਕਰਦਾ ਹੈ ਹਾਲ ਬੁਰਾ ਤੈ ਹੋਤ ਪਾ ਆਚਾਰ ਜ ਮਾਨੋ ਨਾ ਹੈ ਤੇ ਉਹਨਾਂ ਦਾ ਹਾਲ ਬੜਾ ਮੰਦਾ ਹੁੰਦਾ ਇਹਦੇ ਵਿੱਚ ਕੋਈ ਹੈਰਾਨਗੀ ਵਾਲੀ ਗੱਲ ਨਹੀਂ ਹੈ ਜਿਨ੍ਹਾਂ ਜਿਨ੍ਹਾਂ ਨੇ ਵੀ ਅਵਗਿਆ ਕੀਤੀ ਕਿਸੇ ਵੀ ਸਰੂਪ ਦੇ ਵਿੱਚ ਉਹਨਾਂ ਦੀ ਜੋ ਹਾਲਤ ਹੋਈ ਉਹ ਦੁਨੀਆ ਨੇ ਵੇਖੀ ਇਹਦੀ ਵੀ ਹਾਲਤ ਹੋਈ ਜੋ ਹੋਈ ਸੋ ਗਾਂ ਵੀ ਅੱਗੇ ਵੀ ਉਸ ਕਰਤੇ ਦੇ ਵਾਸਤੇ ਕੋਈ ਸਾਧ ਸੰਗ ਜੀ ਆਪ ਸ਼ਬਦ ਵਰਤੇ ਕਰਤੇ ਦੇ ਭਰੋਸਾਏ ਹੋਏ ਮਹਾਂਪੁਰਖਾਂ ਵਾਸਤੇ ਸਾਧੂਆਂ ਵਾਸਤੇ ਸੇਵਾ ਸਿਮਰਨ ਭਜਨ ਵਾਲਿਆਂ ਵਾਸਤੇ ਕੋਈ ਅਵਗਿਆ ਕਰੇ ਤੇ ਉਹਨਾਂ ਨੂੰ ਆਪਣੇ ਕੀਤੇ ਦਾ ਫਲ ਭੋਗਣਾ ਪੈਂਦਾ ਹੈ ਛਾਪ ਪਏ ਝੰਡੇ ਕੋ ਨਿਸ਼ਾਨ ਲੈ ਗਇਓ ਉਹ ਜਿਹੜੇ ਝੰਡੇ ਸੀ ਉਹਦੇ ਗੱਡੇ ਹੋਏ ਪੁੱਟ ਕੇ ਲੋਕ ਲੈ ਗਏ ਨਗਾਰੇ ਨੌਬਤਾਂ ਵੱਜਦੀਆਂ ਸੀ ਜਿਹਦੇ ਹੱਥ ਨਗਾਰੇ ਆਏ ਉਹ ਨਗਾਰੇ ਨੌਬਤਾਂ ਚੁੱਕ ਕੇ ਲੈ ਗਏ ਸਾਧ ਦੀਆਂ ਪਖੰਡੀ ਦੀਆਂ ਕੋ ਚੜਾਵਾ ਲੋੜਤ ਪਾਇਓ ਕੋਈ ਜਿਹੜਾ ਚੜਾਵਾ ਚੜਿਆ ਹੋਇਆ ਸੀ ਕਿਆ ਉਹ ਚੱਕ ਕੇ ਲੈ ਗਏ ਤੇ ਕੋ ਕੇ ਨਾ ਹੋ ਲੈਣ ਪ੍ਰਿਅੰਕਾ ਇਸ ਤਰ੍ਹਾਂ ਕਿਸੇ ਨੇ ਉਹਦਾ ਮੰਜਾ ਹੀ ਚੁੱਕ ਲਿਆੜਾ ਬਹੁਤਾ ਸ਼ਿੰਗਾਰਿਆ ਹੋਇਆ ਸੀ ਚਾਂਦੀ ਦੇ ਪਾਵੇ ਬਣਾਏ ਹੋਏ ਸਨ ਨਾਰ ਪਾਜੇ ਮਨ ਮਾਨ ਅਤੰਕਾ ਤੇ ਜਿਹੜੇ ਲੋਕ ਮੇਲਾ ਵੇਖਣ ਆਏ ਸੀਗੇ ਜਿਆਦ ਖੜਕੀ ਡਾਂਗ ਰੌਲਾ ਪਿਆ ਲੋਕ ਮਰ ਗਏ ਫਟੜ ਹੋਏ ਲਹੂ ਵੇਕੇ ਤੇ ਉਹ ਡਰਦੇ ਹੋਏ ਭੱਜ ਗਏ ਆਪਣੇ ਘਰਾਂ ਨੂੰ ਭੋਖਾਣ ਵਸਤਰਾ ਦੇਖ ਥੋ ਜੋ ਉਹ ਸੇ ਬੜਾ ਸਮਾਨ ਪਿਆ ਸੀ ਕਿਉਂਕਿ ਸਾਧ ਸੰਗਤ ਜੀ ਇਹ ਜਿਹੜਾ ਹੈ ਨਾ ਤੇ ਡਿੰਬ ਦੇ ਨਾਲ ਹੀ ਲੁੱਟਿਆ ਜਾਂਦਾ ਹੈ ਡਿੰਬ ਬਿਨੇ ਡਿੰਬ ਬਿਨਾ ਕੋ ਪਾਈਤ ਨਹੀਂ ਇਹ ਮਾਇਆ ਜਿਹੜੀ ਹੈ ਨਾ ਡਿੰਬ ਤੋਂ ਬਿਨਾ ਨਹੀਂ ਮਿਲਦੀ ਡਿੰਬ ਦੇ ਨਾਲ ਹੀ ਆਉਂਦੀ ਹੈ ਕਲਗੀਧਰ ਪਾਤਸ਼ਾਹ ਮਹਾਰਾਜ ਕਥਨ ਕਰਦੇ ਆ ਜੇ ਕਾਹੂ ਪੇਟ ਨਾ ਹੋਤਾ 라ਵ ਰੰਗ ਕਾਹੇ ਕੋ ਕਹਤਾ ਏ ਢਿੱਡ ਦੀ ਬਿਮਾਰੀ ਢਿੱਡ ਨੇ ਸਾਧ ਸੰਗਤ ਜੀ ਗਰੀਬੀ ਤੇ ਅਮੀਰੀ ਬਣਾਈ ਹੋਈ ਹੈ ਪੈਸੇ ਇਕੱਠੇ ਕਰਨ ਵਾਸਤੇ ਫਿਰ ਲੋਕ ਡਿੰਬ ਪਖੰਡ ਕਰਨਾ ਸ਼ੁਰੂ ਕਰ ਦਿੰਦੇ ਆ ਕੋਈ ਕੋਈ ਸਾਧ ਬਣ ਕੇ ਬਹਿ ਜਾਂਦਾ ਹੈ ਕੋਈ ਕਿਸੇ ਦੀ ਕਹਿੰਦਾ ਰੂਹ ਮੇਰੇ ਵਿੱਚ ਆਉਣ ਲੱਗ ਪੈਂਦੀ ਹੈ ਤੇ ਬੜਾ ਦੁੱਖ ਹੁੰਦਾ ਸੰਗਤ ਜੀ ਗੁਰੂ ਕੇ ਤਖਤ ਹੈ ਸੋਭਾ ਤਾਂ ਨਹੀਂ ਪਾਈਦੀ ਕਈ ਬੀਬੀਆਂ ਕਹਿਣ ਲੱਗ ਪੈਂਦੀਆਂ ਸਾਡੇ ਵਿੱਚ ਬਾਬੇ ਦੀਪਸੋਂ ਦੀ ਰੂਹ ਆਉਂਦੀ ਹੈ। ਕਈ ਪਖੰਡੀ ਇਹੋ ਜੇ ਕਹਿ ਜਾਂਦੇ ਸਾਡੇ ਵਿੱਚ ਫਲਾਣੇ ਸ਼ਹੀਦ ਸਿੰਘ ਦੀ ਰੂਹ ਆਉਂਦੀ ਐਸਾ ਸ਼ਹੀਦਾਂ ਨੂੰ ਪਰ ਉਹਨਾਂ ਨੂੰ ਜੋ ਫਲ ਮਿਲਦਾ ਉਹ ਵੀ ਇੱਥੇ ਹੀ ਹੈ ਮਹਾਰਾਜ ਕਿਰਪਾਈ ਕਰਨ ਐਡੇ ਸ਼ਹੀਦਾਂ ਦੀ ਤੇ ਬਹੁਤ ਵੱਡੀ ਗੱਲ ਆ ਇੱਕ ਸਾਦੇ ਗੁਰਸਿੱਖ ਵਾਲਾ ਹੀ ਜੀਵਨ ਸਾਨੂੰ ਮਿਲ ਜਵੇ ਤੇ ਸਾਡਾ ਪਾਰ ਉਤਾਰਾ ਹੋ ਜਵੇ। ਅਸੀਂ ਸ਼ਹੀਦਾਂ ਦੀਆਂ ਰੂਹਾਂ ਨੂੰ ਆਪਣੇ ਵਿੱਚ ਕੈਦ ਕਰਨ ਦੀ ਕਿੱਥੋਂ ਹਿੰਮਤ ਰੱਖਦੇ ਆ। ਇਹੋ ਜਿਹੇ ਟਕਾਉਂਸਲੇ ਜਿਹੜੇ ਚੰਗੇ ਨਹੀਂ ਹਨ ਇਹ ਸਰਾ ਸਰਪਖੰਡ ਹੈ ਤੇ ਪਖੰਡ ਜਿਹੜਾ ਉਹਦਾ ਅੰਤ ਬਹੁਤ ਬੁਰਾ ਹੁੰਦਾ ਗੁਰੂ ਇਸ ਪਖੰਡ ਤੋਂ ਸਾਨੂੰ ਬਚਾ ਕੇ ਰੱਖਣ ਸੱਚੇ ਬਾਦਸ਼ਾਹ ਮਹਾਰਾਜ ਰੋ ਵਿਚਾਰ ਸਾਰਾ ਲੁੱਟ ਲਿਆ ਬੜਾ ਕੁੱਟਿਆ ਇਸ ਨੂੰ ਤਿਹਛਣ ਸਰਵ ਖਸੋਟੇ ਸੋ ਜਿੰਨਾ ਵੀ ਸਮਾਨ ਸੀ ਨਾ ਉਹਦਾ ਡੇਰੇ ਦੇ ਵਿੱਚ ਸਾਰਾ ਹੀ ਲੁੱਟ ਲਿਆ ਸੂਈ ਤੱਕ ਨਹੀਂ ਛੱਡਿਆ ਇਸ ਦਾ ਕਹਿਣ ਲੱਗੇ ਇਹ ਹੁ ਤੋ ਪਖੰਡੇ ਸਾਰੇ ਲੋਕ ਕਹਿੰਦੇ ਉਹ ਇਹਦੇ ਪਖੰਡੀ ਵੱਡਾ ਭਾਰੀ ਦੇਖੋ ਕੀ ਕਰਤੂਤ ਕਰਦਾ ਸੀਗਾ ਸ਼ੌ ਸੁਹਾਗਣ ਦੇ ਨਾਂ ਤੇ ਨਾ ਸੁਹਾਗਣ ਹੈ ਇਹੋ ਰੰਡੇ ਕਹਿਣ ਲਗਾ ਨਾਮ ਤੇ ਰੱਖਿਆ ਇਹਨੇ ਸੁਹਾਗਣ ਤੇ ਹੈ ਵਾ ਮਾਂ ਰੰਡੀਆਂ ਤੋਂ ਵੀ ਡੰਡਾ ਗੰਦਾ ਹੈ ਕਰਿਓ ਕੋਰ ਕੋ ਸਰਬ ਸਮਾਜਾ ਉਹ ਜਿੰਨਾ ਵੀ ਸਾਥ ਸੰਗਤ ਜੀ ਝੂਠ ਸੀ ਸਾਰਾ ਇਹਦਾ ਉਗੜ ਗਿਆ ਤੇ ਜਿੰਨਾ ਸਮਾਨ ਸੀ ਸਾਰਾ ਇਹਦਾ ਲੋਕਾਂ ਨੇ ਲੁੱਟ ਲਿਆ ਉਹ ਘਰ ਗਾਇਓ ਅਬ ਜਾਂ ਕੋ ਪਾਜਾ ਇਹਦਾ ਪਾਜ ਉਗੜ ਗਿਆ ਨੰਗਾ ਹੋ ਗਿਆ ਵੀ ਅਸਲ ਵਿੱਚ ਹੈ ਕੀ ਇਹ ਕਰ ਹੈ ਨਿਰਾਰ ਦਰ ਸਭ ਨਰ ਤਹ ਕੋ ਉਹ ਜਿਹੜੇ ਲੋਕ ਇਹਦੀ ਪੂਜਾ ਕਰਦੇ ਸੀ ਨਾ ਉਹ ਫਿਰ ਇਹਦਾ ਨਰਾਦਰ ਕਰਨ ਲੱਗ ਪਏ ਸੋ ਹੋਰ ਵੀ ਸਾਧ ਸੰਗਤ ਜੀ ਰਹੋ ਵਿਚਾਰ ਕੋਈ ਕੋਈ ਕੁਛ ਬਣ ਕੇ ਬਹਿ ਜਾਂਦਾ ਈ ਕੋਈ ਕੁਛ ਬਣ ਕੇ ਕਾਫੀ ਸਮੇਂ ਦੀ ਗੱਲ ਹੈ ਦਾਸ ਬਾਲ ਅਵਸਥਾ ਵਿੱਚ ਸੀਗਾ ਤੇ ਮਾਝੇ ਵਿੱਚ ਨੇ ਕਿ ਕਹਿਣ ਲੱਪਿਆ ਮੈਂ ਬਾਬਾ ਨਾਨਕ ਆਪਦੀ ਭੈਣ ਉਹਨੇ ਬੇਬੇ ਨਾਨਕੀ ਬਣਾ ਲਈ ਘਰ ਦਾ ਇਹ ਪਰਿਵਾਰ ਸਾਰਾ ਬਾਬੇ ਨਾਨਕ ਜੀ ਦਾ ਹੀ ਬਣਾ ਲਿਆ ਤੇ ਮਹਾਂਪੁਰਖਾਂ ਨਾਲ ਇੱਕ ਸਿੰਘ ਰਹਿੰਦਾ ਸੀ ਮਲਮੋਰੀ ਨਗਰ ਦਾ ਤੇ ਉਹ ਉਥੇ ਚਲਾ ਗਿਆ ਉਹਨੂੰ ਵੀ ਛਿੱਦੀ ਪੈਰਾ ਲੱਗ ਜਾਂਦਾ ਸੀਗਾ ਦੇਖ ਤੇ ਛਾਕੇ ਜਾਂਦੇ ਹੀ ਭਗਾਉਤਾ ਕੱਢ ਕੇ ਕਹਿਣ ਲੱਗਾ ਸਾਦਾ ਸਾਵਧਾਨ ਹੋ ਜਾ ਬਾਬੇ ਨਾਨਕ ਨੇ ਪਹਾੜ ਡੱਕਿਆ ਸੀ ਤੇ ਮੇਰੀ ਤਲਵਾਰ ਡਾਕੇ ਦੇਖ ਭੱਜ ਕੇ ਅੰਦਰ ਵੜ ਗਿਆ ਕੁੰਡਾ ਲਾ ਲਿਆ ਅੰਦਰੋਂ ਰੌਲਾ ਪੈ ਗਿਆ ਸਾਰ ਇਹ ਜੇ ਪਖੰਡ ਵੀ ਸਾਧ ਸੰਗਤ ਜੀ ਲੋਕ ਕਰਨੋਂ ਨਹੀਂ ਟਲਦੇ ਆਪ ਹੀ ਬਾਬਾ ਨਾਨਕ ਜੀ ਬਣ ਕੇ ਬਹਿ ਜਾਂਦੇ ਹਨ ਗੁਰੂ ਬਖਸ਼ੇ ਸੱਚੇ ਪਾਤਸ਼ਾਹ ਸਾਡੇ ਵੀ ਤਾਂ ਹਿੰਮਤ ਨਹੀਂ ਗੁਰੂ ਕੇ ਸਿੱਖਾਂ ਦੇ ਚਰਨ ਦੀ ਧੂੜੀ ਦੇ ਬਰਾਬਰ ਵੀ ਬਣਦੀ ਬਣ ਜਾਈਏ ਅਸੀਂ ਗੁਰੂ ਕਿਦਰ ਦੀ ਸਿਆਣਪ ਹੈਗੀ ਆਪਣਾ ਕੁਲ ਘਾਤ ਕਰਾਉਣ ਦੀ ਇਹ ਸਿਆਣਪ ਹੋਰ ਤਾਂ ਮੈਂ ਸਮਝਦਾ ਕੋਈ ਨਹੀਂ ਹੈ ਸੋ ਐ ਡੇਰਾ ਡੰਡਾ ਸਾਰਾ ਉਸ ਬੇਈਮਾਨ ਦਾ ਲੁੱਟ ਕੇ ਲੈ ਗਏ ਲੋਕ ਪਹਿਲਾਂ ਤਾਂ ਉਹ ਮੰਨਦੇ ਸੀਗੇ ਜਦ ਪਾਜ ਉਗੜਿਆ ਤੇ ਫਿਰ ਕੁਟਿਆ ਵੀ ਉਹਨੂੰ ਤੇ ਲੁੱਟਿਆ ਵੀ ਸਵਾਰ ਕੇ ਬੰਦਨ ਕਰਤ ਪ੍ਰੇਤ ਕਰ ਜਹ ਕੋ ਸਜ ਨੂੰ ਨਮਸ਼ਕਾਰ ਕਰਦੇ ਸੀ ਬੜੇ ਪਿਆਰ ਦੇ ਨਾਲ ਰੱਬ ਜਾਣ ਕੇ ਮੰਨਦੇ ਸੀਗੇ ਮੰਦ ਮਤੇ ਤਬ ਮਨ ਮਹ ਜਾਣ ਤੇ ਉਹ ਮੂਰਖ ਜਿਹੜਾ ਹੈ ਉਹ ਮਨ ਵਿੱਚ ਜਾਣਦਾ ਵਹਿ ਰਹੋ ਤੇ ਕੋ ਸੰਤ ਮਹਾਨ ਕਹਿਣ ਲੱਗਾ ਜੋ ਮੇਰੇ ਨਾਲ ਹੋਈ ਹੈ ਨਾ ਇਹ ਕੋ ਪੂਰਨ ਪੁਰਖ ਸੀਗੇ ਮੈਂ ਵਗਿਆ ਕਰ ਬੈਠਾ ਹਾਂ ਤੇ ਉਹਨਾਂ ਦੀ ਅਵਗਿਆ ਕਰਨ ਦਾ ਹੀ ਮੈਨੂੰ ਇਹ ਫਲ ਮਿਲਿਆ ਨੇ ਤੇ ਮੇਰਾ ਵਾਵਾ ਤੋਰੀ ਫੁਲਕਾ ਚੰਗਾ ਹੀ ਚੱਲਦਾ ਸੀਗਾ ਚੰਗਾ ਮਾਨ ਸਤਕਾਰ ਸੀ ਬਾਜ ਗਾਜੇ ਚੰਗੇ ਮੇਰੇ ਡੇਰੇ ਮਹੀਨੇ ਬਾਅਦ ਵੱਜਦੇ ਸੀਗੇ ਤੇ ਉਹ ਸਾਧੂਆਂ ਦੀ ਜਿਹੜੀ ਕਿਰਪਾ ਮੇਰੇ ਤੇ ਹੋਈ ਜਿਸ ਕਰਕੇ ਸਾਰਾ ਕੁਝ ਮੈਨੂੰ ਕੁੱਟ ਵੀ ਬਈ ਮੈਂ ਲੁੱਟਿਆ ਵੀ ਗਿਆ ਹਾਂ ਕੇਨ ਨਿਰਾਦਰ ਮੈਂ ਤਿਨ ਕੇਰਾ ਤੇ ਆ ਸਾਰਾ ਨਿਰਾਦਰ ਜਿਹੜਾ ਨਾ ਉਹਨਾਂ ਦਾ ਨਿਰਾਦਰ ਕਰਨ ਕਰਕੇ ਮੇਰਾ ਹੋਇਆ ਜਿਵੇਂ ਉਹਨਾਂ ਨੂੰ ਅੰਦਰ ਬੁਲਾਉਂਦਾ ਉਹਨਾਂ ਦਾ ਸਤਿਕਾਰ ਕਰਦਾ ਚਰਣੀ ਟੈਪਿੰਦਾ ਆਪਣੀ ਭੁੱਲ ਬਖਸ਼ਾ ਲੈਂਦਾ ਤੇ ਮੈਂ ਬਖਸ਼ਿਆ ਜਾਣਾ ਸੀ ਮੈਂ ਗੁਰਾਂ ਨੂੰ ਰੋਕ ਲਿਆ ਉਹ ਸਮਰੱਥ ਸੀ ਕੋ ਵਲੀ ਪੇ ਕੰਬਰ ਜਿਨ੍ਹਾਂ ਦੇ ਰੋਕਣ ਕਰਕੇ ਮੇਰੀ ਇਹ ਹਾਲਤ ਹੋਈ ਹੈ ਇਹ ਉਹਦੇ ਮਨ ਵਿੱਚ ਸੋਝੀ ਆ ਗਈ ਆਦਰ ਸਰਬ ਗयो ਤਦ ਮੇਰਾ ਕਹਿਣ ਲੱਗਾ ਮੈਂ ਉਹਨਾਂ ਦਾ ਸਤਿਕਾਰ ਨਹੀਂ ਕੀਤਾ ਜਿਸ ਕਾਰਨ ਕਰਕੇ ਮੇਰੀ ਬੇਬਤੀ ਹੋਈ ਹੈ ਇਹ ਲਜਿਤ ਹੋਇਓ ਫਿਰਤ ਨਗਰ ਮੈਂ ਇਸ ਤਰ੍ਹਾਂ ਸਾਧ ਸੰਗਤ ਜੀ ਸ਼ਰਮ ਦਾ ਮਾਰਿਆ ਹੋਇਆ ਤੁਰਿਆ ਫਿਰਦਾ ਹੈ ਕੋ ਨਹ ਜਾਵਨ ਦੇ ਨਿਜ ਘਰ ਮੈਂ ਕੋਈ ਇਹਨੂੰ ਆਪਣੇ ਘਰੇ ਨਹੀਂ ਵੜਨ ਦਿੰਦਾ ਇਹ ਜੇ ਪਾਪ ਕਰਮ ਭੋਗਣ ਵਾਲੇ ਨੂੰ ਕੌਣ ਮੂੰਹ ਲਾਉਂਦਾ ਹੈ ਸਾਧ ਸੰਗਤ ਜੀ ਕੋਈ ਨਹੀਂ ਲਾਉਂਦਾ ਚੋਰ ਯਾਰ ਜਵਾਰ ਤੇ ਬੁਰਾ ਸਾਰ ਸਾਰੇ ਸਾਧ ਸੰਗ ਜਿਹੇ ਜੇ ਕੋ ਕਰਮ ਭੋਗਣ ਵਾਲੇ ਇੱਜ਼ਤ ਵਾਲਾ ਮਨੁੱਖ ਤੇ ਇਹਨਾਂ ਨੂੰ ਬੁਲਾਉਂਦਾ ਵੀ ਨਹੀਂ ਮੱਥੇ ਕੀ ਲੱਗਣਾ ਇਹਨਾਂ ਦੇ ਏਕ ਨੇ ਸਬਸ ਕਰ ਤੇ ਹਥਾਈ ਇਸ ਤਰ੍ਹਾਂ 사ਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਹਦਾ ਪਖੰਡ ਦੂਰ ਕਰਨ ਵਾਸਤੇ ਗਏ ਸੀ ਉਹ ਦੂਰ ਹੋ ਗਿਆ ਇਕ ਰਾਤ ਸੱਚੇ ਪਾਤਸ਼ਾਹ ਮਹਾਰਾਜ ਉੱਥੇ ਰੁਕੇ ਅਗਰਜ ਕੇਨੋ ਗਮਨ ਗੁਸਾਈਐ ਤੇ ਸੱਚੇ ਪਾਤਸ਼ਾਹ ਮਹਾਰਾਜ ਉੱਥੇ ਅੱਗੇ ਚੱਲ ਪਏ ਮੋਲਾ ਮਰਦਾਨਾ ਮੈਂ ਸੰਗਾ ਬਾਬਾ ਬਾਲਾ ਜੀ ਦੱਸ ਰਹੇ ਨੇ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਨੂੰ ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਪਹਿਲਾਂ ਤਾਂ ਅਸੀਂ ਤਿੰਨ ਸੀਗੇ ਹੁਣ ਚਾਰ ਹੋ ਗਏ ਇੱਕ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇੱਕ ਭਾਈ ਮਰਦਾਨਾ ਇੱਕ ਭਾਈ ਮੂਲਾ ਜੀ ਵੀ ਨਾਲ ਚੱਲ ਪਏ ਇੱਕ ਮੈਂ ਐ ਚਾਰ ਜਣੇ ਚੱਲ ਪਏ ਅਸੀਂ ਪਿਛੇ ਪ੍ਰਸਥਾਨੇ ਸਉਮੰਗਾ ਤੇਬੜੇ ਚਾਉ ਦੇ ਨਾਲ ਅੱਗੇ ਅੱਗੇ ਸਤਿਗੁਰੂ ਜੀ ਜਾ ਰਹੇ ਐ ਅਸੀਂ ਤਿੰਨੋਂ ਪਿਛੇ ਤੁਰੇ ਜਾ ਰਹੇ ਹਾਂ ਉੱਚ ਜਹਾਂ ਸੈਦ ਬਹ ਵਾਸੀ ਤੇ ਉੱਚ ਕੁਲ ਦੇ ਸੈਦ ਜਿੱਥੇ ਰਹਿੰਦੇ ਹਨ ਇਹ ਸਜਦ ਜਿਹੜੇ ਹਨ ਸਾਧ ਸੰਗਤ ਜੀ ਇਹਨਾਂ ਦੀ ਕੁਲ ਬਾਕੀਆਂ ਨਾਲੋਂ ਉੱਚੀ ਮੰਨੀ ਜਾਂਦੀ ਹੈ ਕਿਉਂਕਿ ਕਹਿੰਦੇ ਆ ਵੀ ਮੁਹੰਮਦ ਸਾਹਿਬ ਜਿਹੜੇ ਸੈਯਦ ਕੋਲ ਵਿੱਚੋਂ ਸੀਗੇ ਸੋ ਇਸ ਕਰਕੇ ਇਹਨਾਂ ਦੀ ਕੋਲ ਨੂੰ ਉੱਚਾ ਮੰਨਿਆ ਜਾਂਦਾ ਹੈ ਤਹ ਪਹੁੰਚੇ ਸਤਗੁਰ ਅਬਨਾਸ਼ੇ ਇਹੋ ਸੱਜਿਤ ਜਿਹੜੇ ਸੀਗੇ ਉਹਨਾਂ ਦੇ ਡੇਰੇ ਤੇ ਨਗਰ ਦੇ ਵਿੱਚ ਸੱਚੇ ਬਾਦਸ਼ਾਹ ਮਹਾਰਾਜ ਪਹੁੰਚ ਗਏ ਬਹਿਰ ਨਗਰ ਤੇ ਆਸ਼ਰਮ ਲਾਇਆ ਤੇ ਨਗਰ ਤੋਂ ਬਾਹਰਵਾਰ ਇੱਕ ਖੁੱਲੀ ਜਗ੍ਹਾ ਤੇ ਸੱਚੇ ਬਾਦਸ਼ਾਹ ਨੇ ਡੇਰਾ ਕਰ ਲਿਆ ਬੈਠ ਗਏ ਪਉਣ ਨਿਸ ਹਵੇ ਆਏ ਐ ਗਰੀਬਨਵਾਜ਼ ਬਾਦਸ਼ਾਹ ਬੈਠ ਗਏ ਰਾਤ ਪੈ ਗਈ ਬੜੇ ਭੂਰ ਤੇ ਕਰ ਇਸਨਨ ਅੰਮ੍ਰਿਤ ਵੇਲਾ ਹੋਇਆ ਬਹੁਤ ਵੱਡੇ ਅੰਮ੍ਰਿਤ ਉੱਠ ਕੇ ਸਤਗੁਰਾਂ ਨੇ ਇਸ਼ਨਾਨ ਦੀ ਕਿਰਿਆ ਕੀਤੀ ਭਨ ਗਿਰਾ ਓਛੇ ਤੁਨ ਕੰਨ ਸੱਚੇ ਬਾਦਸ਼ਾਹ ਮਹਾਰਾਜ ਇਸ਼ਨਾਨ ਕਰਨ ਤੋਂ ਬਾਅਦ ਵੱਡੇ ਅੰਮ੍ਰਿਤ ਵੇਲੇ ਉੱਚੀ ਆਵਾਜ਼ ਵਿੱਚ ਬਾਣੀ ਪੜਨ ਲੱਗੇ ਤਬ ਇੱਕ ਸਿੰਧੇ ਤਹਿ ਥਲ ਆਇਓ ਉਸ ਵੇਲੇ ਨਾ ਇੱਕ ਸਿੰਧੀ ਉਧਰ ਨੂੰ ਜਾ ਰਿਹਾ ਸੀਗਾ ਅੰਮ੍ਰਿਤ ਵੇਲੇ ਹੀ ਸੁਨਨ ਹੇਤ ਠਹਿਰਿਓ ਹਿਤ ਲਾਇਓ ਜਦ ਸੱਚੇ ਪਾਤਸ਼ਾਹ ਮਹਾਰਾਜ ਦੀ ਦਸਨਾ ਤੋਂ ਅੰਮ੍ਰਿਤ ਵਰਖਾ ਬਾਣੀ ਦੀ ਹੋ ਰਹੀ ਸੀ ਤੇ ਉਹ ਸਿੱਧੀ ਜਿਹੜਾ ਸਿੰਧੀ ਉਹ ਸੁਣਨ ਵਾਸਤੇ ਰੁਕ ਗਿਆ ਬਾਚਨ ਸੁਨਤ ਸਮਝਤ ਭਲ ਰੇਤੇ ਇਹ ਉਸ ਨੇ ਸਤਿਗੁਰਾਂ ਦੇ ਅੰਮ੍ਰਿਤ ਗੁਰਬਾਣੀ ਨੂੰ ਸੁਣਿਆ ਤੇ ਸਮਝਿਆ ਰਯੋ ਠਾਂਡ ਹਵੇ ਔਰ ਧਰ ਪ੍ਰੀਤੇ ਜਿਵੇਂ ਜਿਵੇਂ ਸਤਿਗੁਰੂ ਜੀ ਬਾਣੀ ਪੜ੍ਹਦੇ ਆ ਇਹਨੂੰ ਬੜਾ ਆਨੰਦ ਆਉਂਦਾ ਉਹ ਆਨੰਦ ਲੈਣ ਵਾਸਤੇ ਇਹ ਰੁਕ ਗਿਆ ਕਿਉਂਕਿ ਸੱਚੇ ਪਾਤਸ਼ਾਹ ਮਹਾਰਾਜ ऐसे प्यार वैराग्य ਦੇ ਵਿੱਚ ਬਾਣੀ ਪੜਦੇ ਉਹਦੇ ਅਰਥਾਂ ਦੀ ਵੀ ਸਮਝ ਇਹ ਸਿੰਧੀ ਨੂੰ ਪਈ ਜਾਂਦੀ ਹੈ ਗੁਰਮੁਖ ਨਾਦੰ ਗੁਰਮੁਖ ਵੇਦੰ ਗਰੀਬਨਵਾਜ ਪਾਤਸ਼ਾਹ ਮਹਾਰਾਜ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਰਹੇ ਹੈ ਗੁਰਮੁਖ ਨਾਦੰ ਗੁਰਮੁਖ ਵੇਦੰ ਇਹ ਸੱਚੇ ਪਾਤਸ਼ਾਹ ਮਹਾਰਾਜ ਨੇ ਪੰਕਤੀ ਪੜ੍ਹੀ ਜਬ ਇਹੋ ਛਰਿਓ ਪ੍ਰਭ ਆਪੇਦੰ ਤੇ ਇਹ ਗਰੀਬਨਵਾਜ ਪਾਤਸ਼ਾਹ ਮਹਾਰਾਜ ਨੇ ਕਰਤੇ ਪੁਰਖ ਵਾਹਿਗੁਰੂ ਦੇ ਵਿੱਚ ਅਪੇਧ ਹੋਣ ਵਾਲਾ ਸ਼ਬਦ ਪੜਿਆ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਏ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਸਾਰਾ ਕੁਝ ਗੁਰੂ ਹੀ ਹੈ ਮਾਂ ਵੀ ਗੁਰੂ ਹੀ ਹੈ ਪਾਰਵਤੀ ਸਰੂਪ ਤੇ ਬਰਮਾ ਵੀ ਗੁਰੂ ਹੀ ਹੈ ਤੇ ਇਸੇ ਤਰ੍ਹਾਂ ਜਿੰਨੇ ਵੀ ਦੇਵਤੇ ਐ ਸਾਰਿਆਂ ਦਾ ਸਰੂਪ ਸਾਡੇ ਸਤਿਗੁਰੂ ਜੀ ਹੀ ਹਨ ਇਹ ਸ਼ਬਦ ਜਿਸ ਵੇਲੇ ਸਾਰਾ ਪੜਿਆ ਅਰਥ ਨਾ ਸਮਝ ਸਕਿਓ ਕਛ ਤਾਹੇ ਪਰ ਉਹ ਸਾਰੇ ਸ਼ਬਦ ਦਾ ਨ ਅਰਥ ਨਹੀਂ ਇਹ ਜਾਣ ਸਕਿਆ ਸਿੰਧੀ ਪਰ ਉਹ ਵਿਚਾਰ ਬਹੁਤ ਮਨਮਾਹੇ ਤੇ ਬੜੀ ਵਿਚਾਰ ਆਪਣੇ ਮਨ ਵਿੱਚ ਕਰਦਾ ਹੈ ਸੋਨ ਸਭ ਬਾਣੇ ਗयो ਬਹੋਰੇ ਤੇ ਬਾਣੀ ਸਾਰੀ ਉਸਨੇ ਸੁਣੀ ਜਪਜੀ ਸਾਹਿਬ ਜੀ ਦਾ ਪਾਠ ਸੁਣਿਆ ਤੇ ਚੱਲ ਪਿਆ ਅਗੇ ਤਾਂ ਕੋ ਫੇ ਰਹੋ ਤੋ ਜੇ ਸਠਾਉਰੇ ਇਹ ਜਿਹੜਾ ਸਿੰਧੀ ਸੀ ਨਾ ਇਹਦਾ ਇਸੇ ਨਗਰ ਦੇ ਵਿੱਚ ਇੱਕ ਸੈयद पीर ਰਹਿੰਦਾ ਸੀਗਾ ਤੇ ਇਸ ਪਾਦ ਕੋ ਕਰ ਕੰਠ ਵਿਚਾਰਤ ਤੇ ਇਸ ਨੇ ਕੀ ਕੀਤਾ ਉਹ ਜਿਹੜੀ ਪੰਜਵੀਂ ਪੌੜੀ ਦਾ ਸ਼ਬਦ ਸੀ ਨਾ ਸਾਰਾ ਹੀ ਪੌੜੀ ਜੀ ਉਹ ਯਾਦ ਇਸ ਨੇ ਕਰ ਲਈ ਸੁਣਦਿਆਂ ਸੁਣਦਿਆਂ ਸੰਸਾਅ ਬਿਖੈ ਹੋਤ ਅਤ ਅਰਤ ਇਹ ਇਹਦੇ ਮਨ ਵਿੱਚ ਸੰਸਾ ਹੋਇਆ ਉਸੇ ਸੰਸਾ ਦੇ ਵਿੱਚ ਦੁਖੀ ਹੋਇਆ ਹੋਇਆ ਵੀ ਇਹਦੀ ਸਮਝ ਕਿਉਂ ਨਹੀਂ ਮੈਨੂੰ ਪੈਰ ਵੀ ਤਾਂ ਭਾਵ ਕੀ ਬਣਦਾ ਹੈ ਬੋਜ ਤਪੇਰ ਬਿਲਮ ਕਿਉਂ ਲਾਏ ਤੇ ਜਾ ਕੇ ਜੇ ਸੋਲੇ ਆਪਣੇ ਪੀਰ ਦੇ ਕੋਲੇ ਸਿੰਧੀ ਪਹੁੰਚਿਆ ਤੇ ਉਹ ਪੀਰ ਇਹਨੂੰ ਪੁੱਛਣ ਲੱਗਾ ਬਈ ਤੂੰ ਅੱਜ ਇਨੀ ਦੇਰ ਕਿਉਂ ਲਾ ਦਿੱਤੀ ਤੂੰ ਛੇਤੀ ਆਉਂਦਾ ਸੀ ਅੱਜ ਦੇਰ ਲਾ ਕੇ ਕਿਉਂ ਪਹੁੰਚਿਆ ਮੇਰੇ ਪਾਸ ਕੌਣ ਮਿਲयो ਕਹ ਬੈਸਾ ਜਾਏ ਤੇ ਤੈਨੂੰ ਕੌਣ ਮਿਲ ਪਿਆ ਰਾਹ ਵਿੱਚ ਜਾਂ ਤੂੰ ਕਿਸੇ ਦੇ ਕੋਲ ਜਾ ਕੇ ਬੈਠ ਕਿਉਂ ਜਿਹੜਾ ਇਨਾ ਦੇਰ ਲਾ ਕੇ ਆਇਆ ਹੈ ਸਿੰਧੇ ਭਾਖ ਤਹ ਕੇ تیر ਤੇ ਸਿੰਧੀ ਕਹਿਣ ਲੱਗਾ ਉਹ ਸਯਦ ਆਪਣੇ ਗੁਰੂ ਦੇ ਕੋਲ ਦੇਖਿਓ ਹਿੰਦੂ ਇੱਕ ਫਕੀਰ ਕਹਿਣ ਲੱਗਾ ਮੈਂ ਜ ਤਹ ਆ ਰਿਆ ਸੀ ਨਾ ਫਜਰ ਦੇ ਟਾਈਮ ਨੂੰ ਰਸਤੇ ਵਿੱਚ ਇੱਕ ਹਿੰਦੂਆਂ ਦਾ ਪੀਰ ਮੈਨੂੰ ਮਿਲਿਆ ਤਹ ਕੇ ਸੁਣ ਤਰ ਰਹ ਮਹਬਾਨੇ ਜੇ ਮੈਂ ਨਾ ਖਲੋ ਗਿਆ ਉਹ ਬਾਣੀ ਪੜਦਾ ਸੀ ਹਿੰਦੂਆਂ ਦਾ ਪੀਰ ਮੈਂ ਸੁਣ ਲੱਗ ਪਿਆ ਖਲੋ ਕੇ ਮੁਕਤ ਦੇਨ ਹਾਰੇ ਗੁਨ ਖਾਨੇ ਉਹ ਜਿਹੜੀ ਬਾਣੀ ਸੀ ਨਾ ਮੈਂ ਜਿਵੇਂ ਜਿਵੇਂ ਸੁਣਦਾ ਮੇਰਾ ਮਨ ਠੰਡਾ ਹੁੰਦਾ ਜਾਂਦਾ ਵਿਸ਼ੇ ਵਕਾਰਾਂ ਵੱਲੋਂ ਟੁੱਟਦਾ ਜਾਂਦਾ ਸ਼ਾਂਤੀ ਦੇ ਵਿੱਚ ਆਉਂਦਾ ਉਹ ਬਾਣੀ ਮੁਕਤੀ ਦੀ ਦਾਤ ਦੇਣ ਵਾਲੀ ਐਸਾ ਮੈਨੂੰ ਪ੍ਰਤੀਤ ਹੋਇਆ ਇੱਕ ਪਦ ਕੋ ਨਾ ਮੈਨ ਆਇਓ ਕਿਹਾ ਲਗਾ ਇੱਕ ਪਦ ਉਹਨਾਂ ਨੇ ਬੋਲਿਆ ਉਹਦੇ ਮੈਨੇ ਦੀ ਮੈਨੂੰ ਸਮਝ ਨਹੀਂ ਲੱਗੀ ਭਾਵ ਪਤਾ ਨਹੀਂ ਲੱਗਾ ਹੈ ਭਲੇ ਵਿਚਾਰਿਓ ਭੇਦ ਨਾ ਪਾਇਓ ਮੈਂ ਬੜੀ ਵਿਚਾਰ ਕੀਤੀ ਪਰ ਮੈਨੂੰ ਉਹਦਾ ਭੇਦ ਨਹੀਂ ਪਤਾ ਲੱਗ ਸਕਿਆ ਵੀ ਇਹਦਾ ਭਾਵ ਅਰਥ ਕੀ ਬਣਦਾ ਹੈ ਹਸ ਕਹ ਪੁਨ ਤੁਖ ਦੇਨ ਬਤਾਏ ਇਹ ਕਹਿ ਕਿ ਉਹ ਸਿੰਧੀ ਨੇ ਆਪਣੇ ਸੈਯਦ ਗੁਰੂ ਨੂੰ ਪੀਰ ਨੂੰ ਗੁਰਮੁਖ ਨਾਦੰ ਗੁਰਮੁਖ ਵੇਦਿੰਗ ਵਾਲਾ ਇਹ ਜਿਹੜੀ ਪੌੜੀ ਸੀ ਪੜ੍ਹ ਕੇ ਸੁਣਾ ਦਿੱਤੇ ਸੁਨਦਾ ਪੀਰ ਨੈ ਗਿਰਾ ਅਲਾਈ ਇਹ ਸ਼ਬਦ ਸੁਣ ਕੇ ਸਤਿਗੁਰਾਂ ਦਾ ਸਿੰਧੀ ਪਾਸੋਂ ਤੇ ਉਹ ਪੀਰ ਸੈਯਦ ਕਹਿਣ ਲੱਗਾ ਬਿਨੈ ਕਰਹੁ ਇੱਕ ਬਾਰ ਲਿਆਵਹੁ ਤੂੰ ਇੰਜ ਕਰ ਉਹ ਜਿਹੜੇ ਹਿੰਦੂਆਂ ਦੇ ਗੁਰੂ ਜੀ ਆਏ ਨੇ ਨਾ ਉਹਨਾਂ ਨੂੰ ਬੇਨਤੀ ਕਰਕੇ ਇੱਥੇ ਮੇਰੇ ਪਾਸ ਲੈ ਕੇ ਆ ਮੇਰੇ ਘਰ ਵਿੱਚ ਤੇ ਕੋ ਦਰਸ਼ਨ ਮੋਹ ਕਰਾਵੋ ਤੇ ਉਹਨਾਂ ਦੇ ਨਾਲ ਮੈਨੂੰ ਦਰਸ਼ਨ ਕਰਵਾ ਇਹ ਬੇਨਤੀ ਕੀਤੀ ਉਹ ਸਯਦ ਨੇ ਅੱਗੇ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਕੀ ਕਿਰਪਾ ਕਰਦੇ ਐ ਅਗਲੇ ਇਤਿਹਾਸ ਦੇ ਵਿੱਚ ਆਵੇਗਾ ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ ਬਖਸ਼ਿਸ਼ ਕਰਨ ਮਿਹਰ ਕਰਨ ਜਿਵੇਂ ਇਹਨਾਂ ਜੀਵਾਂ ਦੇ ਕਰ ਰਹੇ ਐ ਸਾਡੇ ਤੇ ਵੀ ਹੋ ਜਾਵੇ ਤੇ ਇਹ ਜੀਵਨ ਸਾਡਾ ਸਫਲਾ ਹੋਵੇ ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਤੋਂ ਸਮਤ ਬਖਸ਼ਣੀ ਪਿਆਰ ਸਤਕਾਰ ਸਹਿਤ ਫਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਅਚਤ ਹੈ ਪਾਰ ਬ੍ਰਹਮ ਅਵਨਾਸੀ ਅਗਨਾ ਹੈ ਪੂਰਨ ਹੈ ਸਰਬਮੰ ਦੁਖ ਭੰਜਨ ਗੁਣਤਾਸ ਹੈ ਸੰਗ Nangkar <tries>